ਸਾਰੀ ਦਿੱਲੀ ਤੋਂ ਹੁੰਮ ਹਮਾ ਕੇ ਹਜ਼ਾਰਾਂ ਦੀ ਤਾਦਾਦ ਦੇ ਅੰਦਰ ਪਹੁੰਚੀ ਸੰਗਤ ਅੱਜ ਦੇ ਇਸ ਵਿਸ਼ੇਸ਼ ਦਿਹਾੜੇ 'ਤੇ ਜੋ ਕਿ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਿੱਲੀ ਫਤਿਹ ਦਿਵਸ ਦੇ ਰੂਪ ਅੰਦਰ ਮਨਾਉਂਦੀ ਆ, ਇਹ ਉਹ ਦਿਨ ਆ ਜਦੋਂ ਸਾਡੇ ਮਹਾਨ ਸਿੱਖ ਜਰਨੈਲ ਬਾਬਾ ਬਘੇਲ ਸਿੰਘ ਜੀ, ਬਾਬਾ ਜੱਸਾ ਸਿੰਘ ਆਹਲੂਵਾਲੀਆ ਜੀ, ਬਾਬਾ ਜੱਸਾ ਸਿੰਘ ਰਾਮਗੜੀਆ ਜੀ, ਜਥੇਦਾਰ ਜਥੇਦਾਰ ਭਾਈ ਤਾਰਾ ਸਿੰਘ ਜੀ, ਜਥੇਦਾਰ ਭਾਈ ਸ਼ੁਕਰ ਚੱਕੀਆ ਜੀ, ਐਸੇ ਕੌਮ ਬੜਾ ਦੁਨੀਆ ਭਰ 'ਚ ਸਾਨੂੰ ਭੰਡਣ ਦੀ ਕੋਸ਼ਿਸ਼ ਕੀਤੀ ਗਈ। ਉਹ ਲਾਲ ਕਿਲ੍ਹਾ ਜੋ ਲਾਲ ਕਿਲ੍ਹਾ ਜ਼ੁਲਮ ਦਾ ਪ੍ਰਤੀਕ ਆ, ਉਹ ਲਾਲ ਕਿਲ੍ਹਾ ਜਿਸ ਦੀਆਂ ਲਾਲ ਰੰਗ ਦੀਆਂ ਦੀਵਾਰਾਂ ਲੱਖਾਂ ਬੇਗੁਨਾਹ ਲੋਕਾਂ ਦੇ ਖੂਨ ਨਾਲ ਰੰਗੀਆਂ ਨੇ, ਜਿਹੜਾ ਲਾਲ ਕਿਲ੍ਹਾ ਰੋਜ਼ ਇੱਕ ਮਣ ਭਾਵ 40 ਕਿਲੋ ਜਨੇਊ ਉਤਰਵਾ ਕੇ ਔਰੰਗਜ਼ੇਬ ਅੰਨ ਨੂੰ ਮੂੰਹ ਲਾਉਂਦਾ ਹੋਵੇ, ਲੱਖਾਂ ਲੋਕਾਂ ਨੂੰ ਸ਼ਹੀਦ ਕੀਤਾ, ਲੱਖਾਂ ਲੋਕਾਂ ਦੇ ਜਨੇਊ ਤੇ ਤਿਲਕ ਉਤਰਵਾ ਕੇ ਜਬਰਨ ਉਹਨਾਂ ਨੂੰ ਇਸਲਾਮ ਕਬੂਲ ਕਰਾਇਆ, ਉਸ ਲਾਲ ਕਿਲ੍ਹੇ ਨੂੰ ਜਿਸ ਤਰੀਕੇ ਵੇਲੇ ਦੀਆਂ ਹਕੂਮਤਾਂ ਨੇ ਐਂ ਦਰਸਾਉਣ ਦੀ ਕੋਸ਼ਿਸ਼ ਕੀਤੀ ਜਿਵੇਂ ਇਹ ਪੂਜਾ ਦਾ ਸਥਾਨ ਆ। ਮੈਂ ਪਹਿਲਾਂ ਉਹਨਾਂ ਸਰਕਾਰਾਂ ਨੂੰ ਇਹ ਕਹਿਣਾ ਚਾਹੁੰਦਾ ਹੈ, ਜਰਾ ਆਪਣੇ ਇਤਿਹਾਸ ਵੱਲ ਝਾਤ ਮਾਰ ਕੇ ਦੇਖੋ, ਸਾਡੇ ਤੋਂ ਈਰਖਾ ਕਰਦੇ 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 ਲਾਲ ਕਿਲ੍ਹੇ ਨੂੰ ਪੂਜਣ ਲੱਗ ਪਏ, ਉਸ ਸਥਾਨ ਦੀ ਗੱਲ ਕਰਨ ਲੱਗ ਪਏ ਜਿਸ ਸਥਾਨ ਨੇ ਸਭ ਤੋਂ ਜ਼ਿਆਦਾ ਜ਼ਖਮ ਦਿੱਤੇ ਨੇ ਇਸ ਦੇਸ਼ ਦੇ ਲੋਕਾਂ ਨੂੰ। ਮੇਰੇ ਵੀਰੋ ਖਾਲਸਾ ਜੀ, ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਹੈ ਔਰ ਉਹਨਾਂ ਲੋਕਾਂ ਨੂੰ ਕਹਿਣਾ ਚਾਹੁੰਦਾ ਹੈ ਜਿਹੜੇ ਲਾਲ ਕਿਲ੍ਹਾ ਦਵਾਈਆਂ ਦਿੰਦੇ ਸੀ, ਮੈਂ TV ਚੈਨਲਾਂ 'ਤੇ ਵੀ ਜਾ ਕੇ ਕਿਹਾ ਸੀਗਾ, ਉਸ ਲਾਲ ਕਿਲ੍ਹਾ 'ਤੇ ਲਾਲ ਖੂਨੀ ਰੰਗ ਨਾਲ ਜੰਮਿਆ ਹੋਇਆ ਉਹ ਕਿਲ੍ਹਾ ਹੈ, ਜੇਕਰ ਦੇਖਣਾ ਹੈ, ਜੇਕਰ ਸਿਜਦਾ ਕਰਨਾ ਹੈ ਉਹਦੇ ਸਾਹਮਣੇ ਝਾਕ ਕੇ ਦੇਖੋ, ਉਹ ਚੂਲ ਦੇ ਨਿਸ਼ਾਨ ਸਾਹਿਬ ਜੋ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਸ਼ਹੀਦੀ ਸਥਾਨ ਦੇ ਗੁਰਦੁਆਰਾ ਸੀਸ ਗੰਜ ਸਾਹਿਬ ਦੇ, ਉਹਦੇ ਅੱਗੇ ਜਾ ਕੇ ਸੀਸ ਨਵਾਓ, ਉਹਦੇ ਜਾ ਕੇ ਪੈਰਾਂ 'ਚ ਸਜਦਾ ਕਰੋ। ਮੈਂ ਉਦਣ ਵੀ ਕਿਹਾ ਸੀ, ਅੱਜ ਮੈਂ ਫੇਰ ਕਹਿੰਦਾ ਹੈ, ਜੇ ਅਸੀਂ ਲਾਲ ਕਿਲ੍ਹੇ ਦੀਆਂ ਪਰਤਾਂ ਖੋਲ੍ਹਣ ਲੱਗ ਪਏ ਨਾ, ਤੁਹਾਡੇ ਤੋਂ ਸੁਣੀਆਂ ਨਹੀਂ ਜਾਣੀਆਂ, ਘਰ 'ਚ ਮੀਆਂ ਬੀਬੀ ਇੱਕ ਦੂਜੇ ਵੱਲ ਮੂੰਹ ਕਰੋਗੇ, ਸ਼ਰਮ ਆਉਣੀ ਆ। ਜੇ ਅਸੀਂ ਪਰਤਾਂ ਲਾਉਣ ਲੱਗ ਪਏ ਲਾਲ ਕਿਲ੍ਹੇ ਦੀਆਂ, ਇਸ ਲਾਲ ਕਿਲ੍ਹੇ ਨੇ ਕੀ ਕੁਛ ਕੀਤਾ ਹੈ ਇਹ ਗੂਗਲ ਕਰਕੇ, ਜਿਹੜੇ ਲੋਕ ਸਾਨੂੰ ਮਾੜਾ ਚੰਗਾ ਕਹਿੰਦੇ ਨੇ ਪਹਿਲਾਂ ਆਪਣਾ ਇਤਿਹਾਸ ਵੀ ਦੇਖ ਲੈਣ ਅਤੇ ਲਾਲ ਕਿਲ੍ਹੇ ਦਾ ਇਤਿਹਾਸ ਵੀ। ਔਰ ਸਾਨੂੰ ਫਕਰ ਹੈ, ਅੱਜ ਸਾਡਾ ਜਰਨੈਲ, ਸਾਡਾ ਵੀਰ, ਇਸ ਕਿਸਾਨ ਅੰਦੋਲਨ ਦਾ ਹੀਰੋ, ਜਿਸ ਨੇ ਇੰਨੀ ਤਸ਼ੱਦਦ ਸਹਿਣ ਤੋਂ ਬਾਅਦ ਵੀ ਆਪਾਂ ਨਹੀਂ ਡੋਲਿਆ। ਬਹੁਤ ਸਾਰੇ ਲੋਕ ਖਾਲਸਾ ਜੀ ਕਿੰਤੂ ਪਰੰਤੂ ਕਰਦੇ ਸੀ, ਪਤਾ ਕੀ ਕਹਿੰਦੇ ਸੀ, ਜਿਹੜੇ ਅੱਜ ਕੱਲ੍ਹ ਜਾ ਕੇ ਸਰਕਾਰਾਂ ਦੀ ਝੋਲੀ 'ਚ ਬੈਠੇ ਆ, ਰਣਜੀਤ ਉਹ ਕੀ ਕਹਿੰਦੇ, ਜਦੋਂ ਮੈਂ ਅਤੇ ਹਰਮੀਤ ਸਿੰਘ ਕਾਲਕਾ ਤੈਨੂੰ ਤਿਹਾੜ ਜੇਲ੍ਹ 'ਚ ਮਿਲ ਕੇ ਆਏ ਨਾ, ਉਹ ਜਿਹੜੇ ਅੱਜ ਕੱਲ੍ਹ ਸਰਕਾਰਾਂ ਦੀ ਝੋਲੀ 'ਚ ਬੈਠੇ ਆ, ਕਹਿੰਦੇ ਐਵੇਂ ਝੂਠ ਬੋਲੀ ਜਾਂਦੇ ਆ, ਜੇਲ੍ਹ 'ਚ ਕਿਸੇ ਨੂੰ ਜਾਣ ਹੀ ਦਿੰਦੇ, ਰਣਜੀਤ ਨਾਲ ਤਾਂ ਗੱਲ ਹੀ ਨਹੀਂ ਹੋਈ। ਮੈਂ ਉਦਣ ਸੋਚਿਆ ਵਾਕਈ ਸਹੀ ਗੱਲ ਆ, ਅਗਰ ਸਿੱਖ ਨੂੰ ਸਿੱਖ ਨਾ ਮਾਰੇ ਇਹ ਕੌਮ ਕਦੇ ਨਾ ਹਾਰੇ। ਜੇ ਸਿੱਖ ਦੇ ਅੰਦਰ ਸਰਕਾਰਾਂ ਦੀ ਚਾਪਲੂਸੀ ਕਰਨ ਵਾਲੇ ਲੋਕ, ਜੇ ਸਿੱਖ ਦੇ ਅੰਦਰ ਸਰਕਾਰਾਂ ਦੇ ਦਰਬਾਰਿਆਂ 'ਚ ਝਾੜੂ ਲਗਾਉਣ ਵਾਲੇ ਲੋਕ, ਜੇ ਸਿੱਖੀ ਦੇ ਅੰਦਰ ਸਰਕਾਰ ਦੀਆਂ ਇਸ਼ਾਰਿਆਂ 'ਤੇ ਆਪਣੀ ਕੌਮ ਨੂੰ ਮਾਰਨ ਵਾਲੇ ਲੋਕ ਨਾ ਹੁੰਦੇ, ਮਹਾਰਾਜਾ ਰਣਜੀਤ ਸਿੰਘ ਦਾ ਰਾਜ ਵੀ ਨਹੀਂ ਜਾਣਾ ਸੀ। ਇਹ ਉਹੀ ਲੋਕ ਨੇ, ਇਹਨਾਂ ਨੇ ਭੇਸ ਬਦਲ ਲਿਆ, ਸਾਨੂੰ ਮਾਣ ਆ ਆਪਣੇ ਉਹਨਾਂ ਬਜ਼ੁਰਗਾਂ 'ਤੇ। ਆਹ ਦੇਖੋ, ਮੈਂ ਰਣਜੀਤ ਨੂੰ ਵੀ ਦੱਸਣਾ ਚਾਹੁੰਦਾ, ਰਣਜੀਤ ਸਿੰਘ ਦੇਖ, ਆਹ ਸਾਹਮਣੇ ਬਾਬਾ ਬਘੇਲ ਸਿੰਘ ਜੀ ਛਾਤੀ ਚੌੜੀ ਕਰਕੇ ਦਿੱਲੀ ਵੱਲ ਨੂੰ ਮੂੰਹ ਕਰਕੇ ਖੜ੍ਹੇ ਆ, ਦੇਖ ਸਾਹਮਣੇ ਬਾਬਾ ਜੱਸਾ ਸਿੰਘ ਜੀ ਆਹਲੂਵਾਲੀਆ ਅਤੇ ਬਾਬਾ ਜੱਸਾ ਸਿੰਘ ਜੀ ਰਾਮਗੜੀਆ।
अपनी शमशीर नूं दिखाउंदे होए दस रहे ने दिल्ली दे लोग उस जुल्म दा जदों तुसीं टाकरा करन वास्ते नाकाम हो गए, जदों तुहाडियां धीआं भैणां दी इज्जतां बचाउण वास्ते तुसीं नाकाम हो गए, जदों अपने धर्म की रक्षा करन नूं तुसीं नाकाम हो गए। इन्हां घोड़ियां ते सवारी करके असीं आए सी 1783 दे अंदर इसे दिल्ली के अंदर आके ओही निशान साहब असी फहराया सी जिसनू लेके आज तुहानू तकलीफ हो रही है। मेरे ढिल्लों साहब अज दिन तुहाडा है, संधु साहब ये साडे वकील जोधे ने, मैं ये भी कहण लग्या फकर महसूस करदा है जदों वड्डे वड्डे सीनियर वकील जेड़े अपने आप नू कौम दे वकील दस्या करदे सी उन्हां दियां पैर हिल गए, उन्हां दियां मंजियां दियां चूलां हिलण लग पईआं, पैरां च जान नहीं रही, कहिंदे सिरसे असीं तां नहीं केस लड़ना रणजीत दा, असीं तां नहीं लड़ना, पर साडी सलाह है लड़ी तू भी ना। ओ मैं मन च सोचिया उस अकाल पुरख तों डरना सिखो, डरिया उस अकाल पुरख दा बंदा साडा की विगाड़ लूगा, जे विगाड़ भी लूगा तो जो रणजीत नो होया है इस तो माड़ा तो नहीं हो जूगा। असी अपने भरा नाल डट के खड़े हाँ, असी ऐलान करके क्या ऐलानिया किया नैशनल चैनल से जाके ऐलानिया किया, अपने भरावां नाल छाती तोड़ के खड़े होवांगे, अपने भरावां नूं नहीं छड्डांगे। अज मैं वो वकीलां दी गल तां कर रहा है, साडे मंच से मैं तां कहा ढिल्लों साहब ये जसप्रीत जी ढिल्लों, जस जगदीप सिंह जी, जसप्रीत सिंह जी ढिल्लों, जगदीप सिंह जी राय, सरदार जगदीप सिंह जी कालो, साडे वरिंदर सिंह जी संधु, ये साडे प्रतीक कोहली जी, संकल्प कोहली जी, और ऐसे ऐसे वकील चाहर साहब वर्गे, गुप्ता जी वर्गे, पुल्लर साहब साडे गुरमुख सिंह जी, उन्होंने लोगों ने कपिल जी, उन्होंने लोगों साडा साथ दिता जदों सारे वकीलों के पैर छड़ गए। मैं आर एस चीमा जी नूं भी, चीमा साहब तुसी पंजाब च बैठे जे चंडीगढ़ च असी तुहानू सलाम करदे हां। मैं देश दे लोगों नूं कहना चाहुंदा है जे अज सलाम दे कोई भागी ने ते साडे ये वकील ने ओ नहीं जेड़े छड़ के मैदान भज गए, आर एस चीमा जी वर्गे लोग और ढिल्लों साहब राय साहब वर्गे लोग ने असी तुहानू दिल च वसाया है। सानू खुशी होई साडे भरा दा साथ देण वास्ते चल के आए, साडी भैण इत्थे रविंदर कौर होनी आ सवेर तो लैके रात तक 10-10 बजे तक काम करन वाली, और जदों शौहरतां लैण दा वेला आउंदा है माफ करना वो इहो जे लोग उठ के आ जांदे ने जिहड़े ना 3 च ने ना 13 च ने। मैं कौम नूं इह जरूर अज कहना चाहुंदा है जे उस दे परिवार दा फर्ज बणदा सी उहदे नाल खड़े होना, पर मैं इस मेरे वीर प्रदीप सिंह का जज्बा देख के भी जिथे मैं रणजीत नूं सलाम करदा है उत्थे मैं उहदे वीर प्रदीप सिंह नूं भी सजदा करदा है, सलाम करदा है। मेरे वीरो एक दिन भी दिल्ली नहीं छड्डी, उस कमरे च बैठा रहा हर पल हर कड़ी, एक एक फोन सुनना अपने भरा दा, इक्को ही गल कहिंदा सी ओ नहीं जी कोई नहीं छड्डो चले जावांगे घर, कपड़े कुपड़े की बदलने आ, एक बार मेरा भरा रणजीत बाहर आ जा, उहदे चाचा जी सतनाम सिंह जी, उहदे माता जी, और उन्होंने माता जी ने जदों गल की फिर माता जी ने मैं गल की, मैं क्या माता जी मैं आप मिल के आया है, मैनू कहिंदे तू देखिया है, मैं क्या जी देखिया है, देखिया नहीं मिल के आया उन्हू, और मैनू कहिंदे की क्या है उन्हें, मैं क्या उन्हें क्या जाके कह दियो जे खालसे नू खालसा चढ़दी कला चा, खालसा चढ़दी कला चा, खालसा चढ़दी कला चा। मैं देश के लोगों अज दसना चाहना है 11 मार्च 1783 का दिन भी एह जी सी जो बाबा बघेल सिंह जी हुणे, बाबा जसा सिंह आलूवालिया जी, रामगढ़िया जी जदों अपने घोड़ियां ते सवार होके आए सी उदों भी कौम के अंदर गदार लोग रहिंदे सीगे, पर उन्हां दी हिम्मत और जुरत देखो, बहुत सारे देश के लोगों नूं ये पता नहीं होगा जो लाल किले ते अज केसरी निशान उस वेले चलाया गया 1783 के अंदर, अगर मुगलों तो गोरियां दे आउण तो पहला ते मुगलां दे राज अंदर अगर दिल्ली ते किसे ने अपना परचम लहराया सी, पहली आजादी दी साह इस दिल्ली दे लोगों नूं दवाई सी, ओ सी
जस्सा सिंह आलूवालिया जी, जस्सा सिंह रामगढ़िया जी, बाबा बघेल सिंह जी ने 11 मार्च नूं आए सी और 13 मार्च नूं वो झंडा उत्थे गड़ के लोगों नूं दसना कीता सी। 16 मार्च नूं शायद मैं डेट हो सकता अगे पिछे होगी होवे, उत्थे निशान साहब ला के ते देश नूं दसना कीता सीगा भी असीं सिख कौन हुंदे आ, साडी ताकत की आ। होर सुनो, जिहड़े गुरु धामां दे अज आपां दर्शन करदे आ, ਇਹ ਸਾਰੇ ਗੁਰੂ ਕਾਮਾ ਦੀ ਉਸ ਵੇਲੇ ਨਿਸ਼ਾਨਦੇਹੀ ਕੀਤੀ ਔਰ ਉਸ ਨਿਸ਼ਾਨਦੇਹੀ ਕਰਕੇ ਇਹ ਗੁਰੂ ਸਾਹਿਬ ਦੇ ਗੁਰਦੁਆਰਾ ਸਾਹਿਬ ਸਥਾਪਿਤ ਕੀਤੇ ਖਾਲਸਾ ਜੀ। ਅੱਜ ਦਾ ਉਹ ਦਿਨ ਸਾਡੇ ਲਈ ਮਾਣ ਵਾਲਾ ਦਿਨ ਆ, ਇਸ ਕਰਕੇ ਅੱਜ ਅਸੀਂ ਇਹ ਜ਼ਰੂਰ ਐਲਾਨ ਕਰਕੇ ਕਹਿਣਾ ਚਾਹੁੰਦੇ ਹਾਂ, ਐਲਾਨੀਆ ਤੌਰ 'ਤੇ ਕਹਿਣਾ ਚਾਹੁੰਦੇ ਹਾਂ ਸਰਕਾਰ ਨੂੰ, ਸਾਡਾ ਵੀਰ ਤਾਂ ਸਾਡੇ ਵਿੱਚ ਆ, ਤੁਹਾਡੀਆਂ ਲੱਖ ਯਤਨਾਂ, ਤੁਹਾਡੇ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਨਾ ਤੁਸੀਂ ਸਾਨੂੰ ਡਰਾ ਸਕੇ ਤੇ ਨਾ ਰਣਜੀਤ ਸਿੰਘ ਨੂੰ ਔਰ ਨਾ ਹੀ ਕਿਸਾਨੀ ਦੇ ਉਹਨਾਂ ਨੌਜਵਾਨਾਂ ਨੂੰ ਡਰਾ ਸਕੇ। ਤੁਸੀਂ 150 ਬੰਦਾ ਬੰਦ ਕੀਤਾ ਸੀ, ਅਸੀਂ 141 ਬੰਦੇ ਕੱਢ ਕੇ ਲੈ ਆਏ ਹਾਂ। ਮੈਂ ਪੁੱਛਣਾ ਚਾਹੁੰਦਾ ਏ ਦੇਸ਼ ਦੇ ਲੋਕੋ, ਤੁਸੀਂ ਸਾਡੇ ਬਾਰੇ 'ਚ ਕਿੰਤੂ ਪਰੰਤੂ ਕਰਦੇ ਸੀ, ਸਾਡੇ ਉੱਤੇ ਤੁਸੀਂ ਦੇਸ਼ ਵਿਰੋਧੀ ਹੋਣ ਦੇ ਇਲਜ਼ਾਮ ਲਗਾਉਂਦੇ ਸੀ। ਨੈਸ਼ਨਲ ਚੈਨਲ 26 ਤਰੀਕ ਦਾ ਦਿਨ ਐਸਾ ਸੀ, ਐਂ ਜਾਪ ਰਿਹਾ ਸੀ ਜਿਵੇਂ ਅਸੀਂ ਗੁਨਾਹਗਾਰ ਹੋਈਏ ਇਸ ਮੁਲਕ ਦੇ ਅੰਦਰ। ਜਿਸ ਤਰ੍ਹਾਂ TV ਚੈਨਲ ਭੌਂਕ ਭੌਂਕ ਕੇ ਰੌਲਾ ਪਾ ਰਹੇ ਸੀ, ਐਂ ਲੱਗਦਾ ਸੀ ਦੇਸ਼ ਨੂੰ ਕਿ ਅਸੀਂ ਕਿਤੇ ਬਾਹਰੋਂ ਆਏ ਹੋਈਏ। 29 ਤਰੀਕ ਨੂੰ ਤਸ਼ੱਦਦ ਕੀਤੀ, ਭਾਵਨਾ ਕੀ ਸੀ ਕਿ ਦਿੱਲੀ 'ਤੇ ਆਪਣੇ ਗੁੰਡੇ ਭੇਜਾਂਗੇ, ਇਹ ਸਿੱਖ ਡਰ ਜਾਣਗੇ, ਇਹ ਕਿਸਾਨ ਡਰ ਜਾਣਗੇ, ਇੱਥੋਂ ਭੱਜ ਜਾਣਗੇ। ਮੈਂ ਸਰਕਾਰ ਨੂੰ ਵੀ ਔਰ ਆਪਣੇ ਨੌਜਵਾਨ ਵੀਰਾਂ ਨੂੰ, ਹਜ਼ਾਰਾਂ ਦੀ ਸੰਗਤ ਨੂੰ ਦੱਸਣਾ ਚਾਹੁੰਦਾ ਹੈ, ਸੁਣ ਲਓ ਵੀਡੀਓ ਮੇਘਾਲਿਆ ਦੇ ਗਵਰਨਰ ਮਲਿਕ ਸਾਹਿਬ ਦੀ, ਕੀ ਨਾਮ ਹੁੰਦਾ ਪੂਰਾ, ਸਤਪਾਲ ਮਲਿਕ ਜੀ ਦੀ। ਸਤਪਾਲ ਮਲਿਕ ਜੀ ਨੇ ਕੀ ਕਿਹਾ ਸੁਣਿਆ ਤੁਸੀਂ? ਨਹੀਂ ਸੁਣਿਆ ਜੇ। ਸਤਪਾਲ ਮਲਿਕ ਜੀ ਨੇ ਕਿਹਾ ਇਹ ਉਹ ਸਿੱਖ ਨੇ ਜਿਹੜੇ ਕਦੀ ਵਾਪਸ ਨਹੀਂ ਜਾਣਗੇ ਇਨਸਾਫ ਲਏ ਬਿਨਾਂ। ਸਤਪਾਲ ਮਲਿਕ ਜੀ ਨੇ ਕਿਹਾ ਮੈਂ ਪ੍ਰਧਾਨ ਮੰਤਰੀ ਜੀ ਨੂੰ ਇਹ ਕਹਿੰਦਾ ਹੈ ਇਹਨਾਂ ਸਿੱਖਾਂ ਨੂੰ ਇਨਸਾਫ ਦੇ ਦਿਓ, ਇਹ ਇਨਸਾਫ ਲਏ ਬਿਨਾਂ ਜਾਣਗੇ ਨਹੀਂ ਔਰ ਅਗਰ ਚਲੇ ਗਏ ਤੇ 300 ਸਾਲ ਤੱਕ ਭੁੱਲਣਗੇ ਨਹੀਂ। ਮੈਂ ਨਹੀਂ ਕਹਿ ਰਿਹਾ, ਸਤਪਾਲ ਮਲਿਕ ਜੀ ਦੇ ਅਗਲੇ ਅਲਫਾਜ਼ ਦੱਸਣ ਲੱਗਾ ਹੈ। ਕਹਿੰਦੇ ਮੈਨੂੰ ਉਹ ਨਹਿਰੂ ਦਾ ਨਾਮ ਭੁੱਲ ਗਿਆ ਹੈ, ਉਹ ਜਿਹੜਾ ਰਾਜੀਵ ਗਾਂਧੀ, ਅਰੁਣ ਨਹਿਰੂ। ਸਤਪਾਲ ਮਲਿਕ ਜੀ ਕਹਿੰਦੇ ਮੈਨੂੰ ਅਰੁਣ ਨਹਿਰੂ ਨੇ ਗੱਲ ਦੱਸੀ ਸੀ ਕਿ ਜਦੋਂ ਇੰਦਰਾ ਗਾਂਧੀ ਨੇ ਆਪਣੇ ਫਾਰਮ ਹਾਊਸ ਉੱਤੇ 100 ਯੱਗ ਕਰਾਏ ਸੀ, ਮਰਤੁੰਜੇ ਯੱਗ, ਮਹਾਮਰਤੁੰਜੇ, ਬਹੁਤ ਤਾਕਤ ਨਾਲ ਕਰਾਇਆ ਜਾਂਦਾ, ਮਹਾਮਰਤੁੰਜੇ ਯੱਗ ਕਰਾਏ ਸੀ। ਕਹਿੰਦਾ ਅਰੁਣ ਨਹਿਰੂ ਕਹਿੰਦਾ ਮੈਂ ਪੁੱਛਿਆ ਕਿ ਤੁਸੀਂ ਤਾਂ ਮੰਨਦੇ ਨਹੀਂ ਸੀ ਇਸ ਚੀਜ਼ ਨੂੰ, ਇਹ ਮਹਾਮਰਤੁੰਜਾ ਯੱਗ ਤੁਸੀਂ ਕਿਉਂ ਕਰਾ ਰਹੇ ਜੇ? ਕਹਿੰਦਾ ਮੈਨੂੰ ਇੰਦਰਾ ਗਾਂਧੀ ਨੇ ਕਿਹਾ ਸੀ ਯੇ ਸਰਦਾਰ ਇਨਕਾ ਮੈਨੇ ਅਕਾਲ ਤਖ਼ਤ ਗਿਰਾਇਆ ਹੈ, ਯੇ ਅਬ ਪਤਾ ਨਹੀਂ ਮੇਰੇ ਸਾਥ ਕਿਆ ਕਰੇਂਗੇ, ਮੁਝੇ ਛੋੜੇਂਗੇ ਨਹੀਂ। ਮੈਂ ਨਹੀਂ ਕਹਿ ਰਿਹਾ, ਇਹ ਸਤਪਾਲ ਮਲਿਕ ਨੇ ਕਿਹਾ ਔਰ ਅੱਗੋਂ ਵੀ ਉਹਨੇ ਇਹ ਵੀ ਗੱਲ ਕਹੀ ਕਿ ਜਨਰਲ ਵੇਦਿਆ ਨੂੰ ਪੂਨੇ 'ਚ ਜਾ ਕੇ ਇਹਨਾਂ ਨੇ ਛੱਡਿਆ ਨਹੀਂ ਸੀ, ਇਹ ਉਹ ਕੌਮ ਆ। ਮੈਂ ਆਪਣੇ ਵੀਰਾਂ ਦੱਸਣਾ ਚਾਹੁੰਦਾ ਹੈ ਰਣਜੀਤ ਸਿੰਘ ਨਾਲ ਜੋ ਪੁਲਿਸ ਨੇ ਤਸ਼ੱਦਦ ਕੀਤੀ, ਮੇਰੇ ਨੌਜਵਾਨੋ, ਦਿੱਲੀ ਦੇ ਅੰਦਰ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਪਿਛਲੇ 2 ਸਾਲਾਂ 'ਚ ਦੇਸ਼ ਦੀਆਂ ਸਰਕਾਰਾਂ ਨੂੰ ਦੱਸਣਾ ਕੀਤਾ ਹੈ ਕਿ ਦਿੱਲੀ ਕਮੇਟੀ ਕੀ ਆ, ਦਿੱਲੀ ਕਮੇਟੀ ਦੀ ਤਾਕਤ ਕੀ ਆ। ਅੱਜ ਮੈਂ ਐਲਾਨੀਆ ਤੌਰ 'ਤੇ ਤੁਹਾਡੇ ਇਸ ਮੰਚ ਤੋਂ ਐਲਾਨ ਕਰਕੇ ਚੱਲਿਆ ਹੈ, ਯਾਦ ਰੱਖਿਓ ਜੇ ਦਿੱਲੀ ਦੇ ਅੰਦਰ ਜੱਸਾ ਸਿੰਘ ਆਲੂਵਾਲੀਆ ਜੀ, ਜੱਸਾ ਸਿੰਘ ਰਾਮਗੜੀਆ ਜੀ ਔਰ ਬਾਬਾ ਬਘੇਲ ਸਿੰਘ ਜੀ ਦੇ ਚੜੇ ਹੋਏ ਘੋੜੇ ਦੇ ਬੁੱਤ ਦੇ ਸਾਹਮਣੇ ਖਲੋ ਕੇ ਫਤਿਹ ਦਿਵਸ ਵਾਲੇ ਦਿਨ ਰਣਜੀਤ ਸਿੰਘ ਔਰ ਪ੍ਰਦੀਪ ਸਿੰਘ ਦੀ ਹਾਜ਼ਰੀ ਦੇ ਅੰਦਰ, ਹਜ਼ਾਰਾਂ ਸਿੰਗਤ ਸਾਡੀ ਮਾਵਾਂ ਭੈਣਾਂ ਦੀ ਹਾਜ਼ਰੀ ਦੇ ਅੰਦਰ ਦਿੱਲੀ ਕਮੇਟੀ ਨੇ ਐਲਾਨ ਕੀਤਾ ਸੀਗਾ ਉਹਨਾਂ ਪੁਲਿਸ ਵਾਲਿਆਂ ਨੂੰ ਉਸੇ ਤਿਹਾੜ ਜੇਲ੍ਹ 'ਚ ਛੱਡ ਕੇ ਆਵਾਂਗੇ ਜਿਹ 'ਚ ਰਣਜੀਤ ਲਾ ਕੇ ਆਇਆ ਹੈ 1.25 ਮਹੀਨਾ। ਤੁਸੀਂ ਸਿੱਖਾਂ 'ਤੇ ਤਸ਼ੱਦਦਾਂ ਕਰੋਗੇ, ਤੁਸੀਂ ਸਿੱਖਾਂ ਦੀਆਂ ਪੱਗਾਂ ਨੂੰ ਰੋਲੋਗੇ,
ਤੁਸੀਂ ਸਿੱਖਾਂ ਦੇ ਕੇਸਾਂ ਦੇ ਉੱਤੇ ਪੈਰ ਰੱਖੋਗੇ ਔਰ ਸਿੱਖ ਚੁੱਪ ਰਹਿਣਗੇ। ਤੁਹਾਡਾ ਨਕਲੀ ਸਿੱਖਾਂ ਨਾਲ ਵਾਸਤਾ ਪਿਆ ਏ। ਤੁਹਾਡੇ ਕੋਲ ਉਹ ਸਿੱਖ ਨੇ ਜਿਨ੍ਹਾਂ ਨੇ ਪਾਰਟੀਆਂ ਦੇ ਚਸ਼ਮੇ ਲਾ ਰੱਖੇ ਆ, ਤੁਹਾਡੇ ਕੋਲ ਉਹ ਸਿੱਖ ਨਹੀਂ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਦਰ ਤੇ ਜਾ ਕੇ ਸੀਸ ਨਵਾ ਕੇ ਹਮੇਸ਼ਾ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਵੱਡਾ ਮੰਨਿਆ। ਕਿਸੇ ਵੀ ਸਰਕਾਰ ਦੇ ਤਖ਼ਤ ਤੋਂ ਸਾਡਾ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਵੱਡਾ ਏ। ਮੈਂ ਅੱਜ ਇਹ ਵੀ ਤੁਹਾਨੂੰ ਦੱਸਣਾ ਚਾਹੁੰਦਾ ਏ, ਦੇਸ਼ ਦੇ ਲੋਕੋ, ਜੇ ਸਾਡਾ ਤੁਸੀਂ ਪਿਛੋਕੜ ਦੇਖਣਾ ਏ ਤੇ ਰਾਮਗੜੀਆ ਬੁੰਗਾ ਦੇ ਅੰਦਰ ਜਾ ਕੇ ਦੇਖੋ। ਇਸੇ ਲਾਲ ਕਿਲੇ ਤੋਂ ਉਹੀ ਸੈੱਲ ਜਿਸ ਸੈੱਲ ਤੇ ਬਿਠਾ ਕੇ ਔਰੰਗਜ਼ੇਬ ਨੇ ਬੈਠ ਕੇ ਕਿੰਨੇ ਲੋਕਾਂ ਦਾ ਜਨੇਊ ਉਤਰਵਾਉਣ ਦੇ ਹੁਕਮ ਦਿੱਤੇ ਸੀ, ਜਿਹਦੇ ਤੇ ਬਹਿ ਕੇ ਕਿੰਨੇ ਤਿਲਕ ਉਤਰਵਾਏ ਸੀ, ਪਰ ਤੁਸੀਂ ਕੁਛ ਨਾ ਕਰ ਸਕੇ। ਜਿੱਦਣ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦਾ ਹੁਕਮ ਇਸ ਮੰਚ ਉਸ ਤਖ਼ਤ ਤੋਂ ਸੁਣਾਇਆ ਗਿਆ, ਸਿੱਖਾਂ ਨੇ ਉਦਣ ਅਕੀਦਾ ਕਰ ਲਿਆ, ਇਸ ਤਖ਼ਤ ਨੂੰ ਨਹੀਂ ਰਹਿਣ ਦਿਆਂਗੇ, ਇਸ ਤਖ਼ਤ ਨੂੰ ਪੁੱਟ ਕੇ ਲਿਆਵਾਂਗੇ। ਔਰ ਉਹ ਸਿੱਲ ਜਾ ਕੇ ਦੇਖ ਲਓ, ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਜਿਸ ਲਾਲ ਕਿਲੇ ਤੋਂ ਫਰਮਾਨ ਸੁਣਾਏ ਜਾਂਦੇ ਸੀ, ਉਸ ਲਾਲ ਕਿਲੇ ਦੀ ਸਿੱਲ ਨੂੰ ਪੁੱਟ ਕੇ ਹਾਥੀਆਂ ਨਾਲ ਬੰਨ ਕੇ ਤੇ ਰਾਮਗੜੀਏ ਬੁੰਗੇ ਦੇ ਪੈਰਾਂ 'ਚ ਲਿਆ ਕੇ ਰੱਖਿਆ, ਪੈਰਾਂ 'ਚ। ਇਹ ਸਾਡਾ ਇਤਿਹਾਸ ਆ। ਮੈਨੂੰ ਗੱਲ ਯਾਦ ਆਈ, ਅੱਜ ਜਥੇਦਾਰ ਅਕਾਲ ਤਖ਼ਤ ਸਾਹਿਬ ਨੇ ਇੱਕ ਵਾਰ ਇਹ ਗੱਲ ਕਹੀ ਸੀ, ਅਸੀਂ ਉਹ ਲੋਕ ਨਹੀਂ ਜਿਹੜੇ 500 ਸਾਲ ਤੱਕ ਇੰਤਜ਼ਾਰ ਕਰਦੇ ਰਵਾਂਗੇ ਆਪਣੇ ਸਥਾਨ, ਧਾਰਮਿਕ ਸਥਾਨ ਬਣਾਉਣ ਵਾਸਤੇ। ਅਸੀਂ ਉਹ ਲੋਕ ਹਾਂ ਜਦੋਂ ਸਾਡਾ ਸਰੋਵਰ, ਗੁਰੂ ਸਾਹਿਬ ਦਾ ਉਹ ਪਵਿੱਤਰ ਸਰੋਵਰ ਪੂਰਿਆ ਸੀ, 2 ਮਹੀਨਿਆਂ 'ਚ ਹੀ ਜਾ ਕੇ ਉਹ ਸਾਰੇ ਮੁਗਲਾਂ ਨੂੰ ਗਧਾ ਬਣਾ ਕੇ ਲਿਆ ਕੇ ਉਹਨਾਂ ਤੋਂ ਮਿੱਟੀ ਕਟਾਈ ਕਢਾ ਕੇ ਉਹ ਸਰੋਵਰ ਖਾਲੀ ਕਰ ਦਿੱਤਾ ਗਿਆ ਸੀ। ਸਾਡਾ ਇਤਿਹਾਸ ਉਹ ਆ, ਅਸੀਂ ਆਪਣੇ ਗੁਰਾਂ ਪਿੱਛੇ ਮਰਨ ਵਾਲੇ ਲੋਕ ਹਾਂ। ਅੱਜ ਰਣਜੀਤ ਸਿੰਘ ਸਾਡੇ ਵਿੱਚ ਆ, ਦੇਖੋ ਅਕਾਲ ਪੁਰਖ ਦੀ ਕਿਰਪਾ, ਉਹ ਸਰਕਾਰਾਂ ਦੇ ਲੱਖ ਯਤਨਾਂ ਦੇ ਬਾਵਜੂਦ ਸਰ ਰਣਜੀਤ ਸਿੰਘ ਨੂੰ ਉਹ ਜੇਲ੍ਹਾਂ 'ਚ ਰੱਖਣ 'ਚ ਕਾਮਯਾਬ ਨਹੀਂ ਹੋਏ। ਪਰ ਅਸੀਂ ਜਿਹੜਾ ਤੁਹਾਨੂੰ ਵਾਅਦਾ ਕੀਤਾ ਏ, ਰਣਜੀਤ ਸਿੰਘ ਤੇ 1.25 ਮਹੀਨੇ 'ਚ ਬਾਹਰ ਆ ਗਿਆ। ਮੈਂ ਉਹਨਾਂ ਪੁਲਿਸ ਵਾਲੇ ਵੀਰਾਂ ਨੂੰ ਕਹਿਣਾ ਚਾਹੁੰਦਾ ਏ, ਮੇਰੇ ਭਰਾਓ, ਜੇ ਤੁਸੀਂ ਮੈਨੂੰ ਸੁਣ ਰਹੇ ਜੇ ਤੇ ਤੁਹਾਡੇ ਭਲੇ ਦੀ ਇੱਕ ਗੱਲ ਮੈਂ ਤੁਹਾਨੂੰ ਸਮਝਾ ਸਕਦਾ ਏ। ਜਿਹੜਾ ਸਾਡਾ ਵੀਰ ਮੁਕਰਜੀ ਨਗਰ ਦਾ ਆਟੋ ਡਰਾਈਵਰ ਸੀਗਾ, ਫਟਫਟ ਵਾਲਾ, ਉਹਨੂੰ ਜਾ ਕੇ ਮਿਲਾਇਓ ਜੇ, ਉਹਦੇ ਤੋਂ ਪਤਾ ਕਰਾਇਓ ਜੇ, ਜਿਹੜੇ 8 ਪੁਲਿਸ ਵਾਲਿਆਂ ਨੇ ਉਹਦੇ ਤੇ ਤਸ਼ੱਦਦ ਕੀਤੀ ਸੀ। ਰਣਜੀਤ ਸਿੰਘ ਜੀ, ਪ੍ਰਦੀਪ ਸਿੰਘ ਜੀ, ਤੁਹਾਨੂੰ ਵੀ ਦੱਸਣਾ ਚਾਹੁੰਦਾ ਏ, ਉਹ 8 ਪੁਲਿਸ ਵਾਲੇ ਅੱਜ ਕੱਲ੍ਹ ਘਰਾਂ 'ਚ ਜਨਾਨੀ ਦਾ ਪੋਚਾ ਮਾਰਦੇ ਆ, ਨੌਕਰੀ ਤੋਂ ਬਾਹਰ ਕਢਾ ਦਿੱਤਾ, ਡਿਸਮਿਸ ਕਰਾ ਦਿੱਤਾ। ਜਿਹੜੀ ਗੱਲ ਮਲਿਕ ਨੇ ਕਹੀ ਸੀ ਨਾ, ਜਿਹੜੀ ਗੱਲ ਮਲਿਕ ਸਾਹਿਬ ਨੇ, ਗਵਰਨਰ ਸਾਹਿਬ ਨੇ ਕਹੀ ਸੀ, 300 ਸਾਲ ਨਹੀਂ ਭੁੱਲਦੇ। ਸਾਡੇ ਵੀਰ ਦਾ ਤੇ ਅਜੇ 45 ਦੇਣੀ ਹੋਏ ਨੇ, ਇੰਨੇ ਦਿਨ ਤੇ ਖਾਲਸਾ ਚਨੇ ਖਾ ਕੇ ਬਿਨਾਂ ਪਾਣੀ ਦੇ ਬੈਠਾ ਰਹਿੰਦਾ ਏ, ਇਹ ਤੇ ਕੋਈ ਸਾਡੇ ਲਈ ਮਿਹਨਤ ਨਹੀਂ ਰੱਖਦੇ। ਪਰ ਮੈਂ ਜ਼ਰੂਰ ਕਹਿਣਾ ਚਾਹੁੰਦਾ ਉਹਨਾਂ ਲੋਕਾਂ ਨੂੰ, ਆਹ ਦੇਖੋ ਆਪਣੇ ਪਰਿਵਾਰਾਂ ਨਾਲ ਖੜੇ ਹੋਣ ਵਾਲੇ ਲੋਕ ਹਾਂ ਅਸੀਂ, ਤੁਸੀਂ ਉਹਨਾਂ ਨਾਲ ਨਹੀਂ ਖੜੇ ਹੋਏ ਜਿਨ੍ਹਾਂ ਨੂੰ ਤੁਸੀਂ ਕੁੰਡਲੀ ਭੇਜਿਆ ਸੀ ਦਿੱਲੀ ਦੇ ਬਦਮਾਸ਼ ਬਣਾ ਕੇ ਕਿ ਇਹ ਜਾ ਕੇ ਕੁੰਡਲੀ ਖਾਲੀ ਕਰਾਉਣਗੇ, ਤੁਸੀਂ ਉਹਨਾਂ ਨਾਲ ਨਹੀਂ ਖੜੇ ਹੋਏ। ਪਰ ਅਸੀਂ ਆਪਣੇ ਵੀਰ ਸ਼ੇਰ ਦੇ ਨਾਲ ਸੀਨਾ ਚੌੜਾ ਕਰਕੇ ਖੜੇ ਹਾਂ। ਬੋਲੋ, ਹੈ ਤੁਹਾਡੇ ਅੰਦਰ ਵੀ ਜ਼ੁਰਤ, ਆਓ ਮੈਦਾਨ 'ਚ ਤੁਸੀਂ ਵੀ। ਸਾਡੇ ਵਰਗੋਂ ਜਿਹਨੂੰ ਤੁਸੀਂ ਉੱਥੇ ਖਾਲੀ ਕਰਾਉਣ ਭੇਜਿਆ ਸੀ ਨਾ, ਅੱਜ ਉਹਨਾਂ ਨਾਲ ਖੜੇ ਹੋ ਕੇ ਖਲੋ, ਉਹਨਾਂ ਦੇ ਗਲਾਂ 'ਚ ਪਾ ਕੇ ਹਾਰ ਕਹੋ, ਹਾਂ ਸਾਡੇ ਵੀਰ 'ਚ ਅਸੀਂ ਭੇਜਿਆ ਸੀ ਇਹਨਾਂ ਨੂੰ, ਕਿਉਂਕਿ ਤੁਸੀਂ ਉਦਣ ਵੀ ਕਾਇਰ ਸੀ ਔਰ ਤੁਸੀਂ ਅੱਜ ਵੀ ਕਾਇਰ ਜੇ। ਕਾਇਰ ਦਾ ਔਰ ਖਾਲਸੇ ਦਾ ਕਦੀ ਮੁਕਾਬਲਾ ਨਹੀਂ ਹੋ ਸਕਦਾ। ਖਾਲਸਾ ਕਦੀ ਕਾਇਰ ਵਰਗੇ ਬੰਦੇ ਨਾਲ ਸ਼ਕਲ ਵੀ ਮਿਲਾ ਕੇ ਦੇਖਣਾ ਨਹੀਂ ਚਾਹੁੰਦਾ। ਅੱਜ ਸਾਨੂੰ ਮਾਣ ਹੈ ਆਪਣੇ ਭਰਾ ਦੇ ਉੱਤੇ। ਮੈਂ ਉੱਥੇ ਕਹਿ ਰਿਹਾ ਸੀ ਜਦੋਂ ਜੇਲ੍ਹ 'ਚੋਂ ਬਾਹਰ ਨਿਕਲਿਆ, ਮੈਂ ਕਿਹਾ ਰਣਜੀਤ ਸਿੰਘ, ਸਾਨੂੰ ਸਭ ਤੋਂ ਜ਼ਿਆਦਾ ਮਾਣ ਇਸ ਗੱਲ 'ਤੇ ਆ, ਜਦੋਂ ਮੈਂ ਅਤੇ ਹਰਮੀਤ ਸਿੰਘ ਕਾਲਕਾ ਨੂੰ ਜੇਲ੍ਹ 'ਚ ਜਾ ਕੇ ਮਿਲਦੇ ਹਾਂ, ਸਾਨੂੰ ਬੜੇ ਚਾਅ ਨਾਲ ਅਸੀਂ ਬਾਹਰ ਆਏ ਹਾਂ। ਵੀਰ, ਭਾਵੇਂ ਤੇਰੇ 'ਤੇ ਤਸ਼ੱਦਦ ਹੋਈ ਸੀ, ਪਰ ਯਕੀਨ ਮੰਨੀ, ਅਸੀਂ ਬੜੇ ਹੌਸਲੇ ਨਾਲ ਔਰ ਬੜੇ ਚਾਅ ਨਾਲ ਬਾਹਰ, ਪਤਾ ਕਿਉਂ ਆਏ ਸੀ? ਅਸੀਂ ਕਿਹਾ ਸਾਡਾ ਵੀਰ ਡੋਲਿਆ ਨਹੀਂ, ਕਹਿੰਦਾ ਜਾ ਕੇ ਖਾਲਸੇ ਨੂੰ ਕਹਿ ਦਿਓ ਮੈਂ ਚੜ੍ਹਦੀ ਕਲਾ 'ਚਾਂ, ਮੈਂ ਚੜ੍ਹਦੀ ਕਲਾ 'ਚਾਂ, ਮੈਂ ਚੜ੍ਹਦੀ ਕਲਾ 'ਚਾਂ।
ਸਤਿ ਸ੍ਰੀ ਅਕਾਲ ਤੂੰ ਸਾਡਾ ਕਈ ਕਿਲੋ ਖੂਨ ਉਦਣ ਵਧਾ ਦਿੱਤਾ ਸੀ ਸਾਨੂੰ ਉਦਣ ਲੱਗਾ ਅਸੀਂ ਕਿਸੇ ਉਸ ਪਿੱਛੇ ਨਹੀਂ ਜਿਹੜਾ ਡਰ ਗਿਆ ਹੋਵੇ ਇੰਨੀ ਤਸ਼ੱਦਦ ਤੋਂ ਬਾਅਦ ਵੀ ਅਸੀਂ ਉਸ ਸ਼ੇਰ ਦੇ ਨਾਲ ਖੜੇ ਹਾਂ ਸ਼ੇਰ ਜ਼ਖਮੀ ਹੋ ਜਾਏ ਕੋਈ ਵੱਡੀ ਗੱਲ ਨਹੀਂ ਸ਼ੇਰ ਜ਼ਖਮੀ ਹੋ ਜਾਏ ਕੋਈ ਵੱਡੀ ਗੱਲ ਨਹੀਂ ਪਰ ਸ਼ੇਰ ਸ਼ੇਰ ਰਹਿੰਦਾ ਏ ਪਿੰਜਰਿਆਂ ਦੇ ਅੰਦਰ ਬਾਬਾ ਬੰਦਾ ਸਿੰਘ ਬਹਾਦਰ ਨੂੰ ਵੀ ਕੀਤਾ ਗਿਆ ਸੀ ਪਰ ਉਹਦੀ ਦਹਾੜ ਸੁਣ ਕੇ ਮੁਗਲ ਰਾਜਿਆਂ ਨੇ ਲਿਖਣ ਨੂੰ ਮਜਬੂਰ ਹੋ ਗਏ ਸੀ ਕਿ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਪਿੰਜਰੇ 'ਚ ਲਿਆਇਆ ਜਾ ਰਿਹਾ ਸੀਗਾ ਉਹ ਸ਼ੇਰ ਵਰਗੂ ਬੈਠਾ ਸੀਗਾ ਉਹਦੇ ਮਨ ਦੇ ਅੰਦਰ ਕੋਈ ਖੌਫ ਨਹੀਂ ਸੀ ਉਹਦੇ ਮਨ ਦੇ ਅੰਦਰ ਕੋਈ ਡਰ ਨਹੀਂ ਸੀ ਇਹ ਮੈਂ ਨਹੀਂ ਕਹਿ ਰਿਹਾ ਇਹ ਇੱਕ ਮੁਗਲ ਸ਼ਾਸਕ ਨੇ ਆਪਣੀ ਕਿਤਾਬ 'ਚ ਲਿਖਿਆ ਏ ਕਹਿੰਦਾ ਸਾਰਾ ਸ਼ਹਿਰ ਉਹਦੇ ਵੱਲ ਵੇਖਦਾ ਪਿਆ ਸੀ ਔਰ ਬੰਦਾ ਸਿੰਘ ਬਹਾਦਰ ਪਿੰਜਰੇ 'ਚ ਬੈਠਾ ਸੀ ਜਿਵੇਂ ਪਿੰਜਰੇ 'ਚ ਸ਼ੇਰ ਬੰਦ ਕੀਤਾ ਹੋਵੇ ਸਾਡਾ ਉਹ ਸ਼ੇਰ ਵੀਰੋ ਕਈ ਲੋਕ ਪਤਾ ਕੀ ਕਹਿਣਗੇ ਫੇਸਬੁੱਕ 'ਤੇ ਕਮੈਂਟ ਲਿਖਣਗੇ ਇਹ ਸਾਨੂੰ ਕਦੋਂ ਤੱਕ ਐਂ ਕਰਨਾ ਪਊਗਾ ਇਹ ਸਾਨੂੰ ਕਦੋਂ ਤੱਕ ਐਂ ਕਰਨਾ ਪਊਗਾ ਭਾਈ ਮੈਂ ਤੁਹਾਨੂੰ ਜਨਤਕ ਤੌਰ 'ਤੇ ਕਹਿੰਦਾ ਏ ਸਾਨੂੰ ਨਿੱਤ ਐਂ ਕਰਨਾ ਪਊਗਾ ਕਿਉਂਕਿ ਜੰਗਲ ਦਾ ਸ਼ੇਰ ਜਿਹੜਾ ਏ ਉਸਨੂੰ ਅਕਾਲ ਪੁਰਖ ਸ਼ੇਰ ਲਾਣ ਕੇ ਨਹੀਂ ਭੇਜਦਾ ਜੰਗਲ ਦੇ ਸ਼ੇਰ ਨੂੰ ਆਪਣੀ ਰਾਜਾ ਦਿਖਾਉਣ ਵਾਸਤੇ ਜੰਗਲ ਦਾ ਸ਼ੇਰ ਜੰਗਲ ਦਾ ਰਾਜਾ ਖਵਾਉਣ ਵਾਸਤੇ ਨਿੱਤ ਹੋ ਜੇ ਕੁੱਤੇ ਬਿੱਲਿਆਂ ਦਾ ਸ਼ਿਕਾਰ ਕਰਨਾ ਪੈਂਦਾ ਏ ਜਿਹੜੇ ਧੜਿਆਂ 'ਚ ਹੋ ਕੇ ਉਹਨੂੰ ਮਰਨ ਨੂੰ ਫਿਰਦੇ ਨੇ ਨਿੱਤ ਸ਼ਿਕਾਰ ਕਰਨਾ ਪੈਂਦਾ ਏ ਤਾਂ ਉਹਨੂੰ ਸ਼ੇਰ ਕਿਹਾ ਜਾਂਦਾ ਏ ਇਸੇ ਤਰ੍ਹਾਂ ਖਾਲਸਾ ਦੇਸ਼ ਦਾ ਦੁਨੀਆਂ ਦਾ ਸ਼ੇਰ ਆ ਤੇ ਸ਼ੇਰਾਂ ਨਾਲ ਨਿੱਤ ਵੱਖਰੀਆਂ ਹੁੰਦੀਆਂ ਆਈਆਂ ਨੇ ਔਰ ਨਿੱਤ ਵੱਖਰੀਆਂ ਹੁੰਦੀਆਂ ਆਉਣਗੀਆਂ ਪਰ ਅਸੀਂ ਵੀ ਦੁਨੀਆਂ ਨੂੰ ਦੱਸਣਾ ਏ ਕਿ ਸ਼ੇਰ ਜੰਗਲ 'ਚ ਹੋਵੇ ਸ਼ੇਰ ਪਿੰਜਰੇ 'ਚ ਹੋਵੇ ਸ਼ੇਰ ਜ਼ਖਮੀ ਹੋਵੇ ਪਰ ਸ਼ੇਰ ਰਹਿੰਦਾ ਸ਼ੇਰ ਆ ਸ਼ੇਰ ਆ ਸ਼ੇਰ ਆ ਮੈਂ ਅੱਜ ਤੁਹਾਨੂੰ ਅੱਜ ਆਪਣੇ ਇਸ ਖਾਲਸਾ ਦਿਵਸ ਦੀ ਬਹੁਤ ਬਹੁਤ ਵਧਾਈ ਦਿੰਦਾ ਹੈ ਇਹ ਖਾਲਸਾ ਦਿਵਸ ਆ ਕਿਉਂਕਿ ਦਿੱਲੀ ਫਤਿਹ ਦਿਵਸ ਦੇਸ਼ ਦੇ ਅੰਦਰ 1947 ਤੋਂ ਪਹਿਲਾਂ ਦੇਸ਼ ਨੂੰ ਆਜ਼ਾਦ ਕਰਾਉਣ ਵਾਲਾ ਜਿਹੜਾ ਦਿਨ ਸੀ ਔਰ ਮੈਂ ਤੁਹਾਨੂੰ ਇੱਕ ਗੱਲ ਹੋਰ ਸਭ ਨੂੰ ਦੱਸਣਾ ਚਾਹੁੰਦਾ ਤੁਹਾਨੂੰ ਸਾਰਿਆਂ ਨੂੰ ਜਾਣਕਾਰੀ ਦੇਣਾ ਚਾਹੁੰਦਾ ਹੈ ਇਹ ਸਰਕਾਰ ਜਿਹੜੀ ਕੇਂਦਰ ਦੀ ਅਸੀਂ ਪ੍ਰਧਾਨ ਮੰਤਰੀ ਨੂੰ ਲਿਖਿਆ ਕਿ ਸਾਡਾ ਇਤਿਹਾਸ ਦੀ ਪਲੇਟ ਇੱਥੇ ਲਾਈ ਜਾਵੇ ਅਤੇ ਲਾਈਟ ਐਂਡ ਸਾਊਂਡ ਸ਼ੋਅ ਕਰਾਇਆ ਜਾਵੇ ਅਤੇ ਦੇਸ਼ ਨੂੰ ਦੱਸਿਆ ਜਾਵੇ ਕਿ ਦਿੱਲੀ ਫਤਿਹ ਦਿਵਸ ਕੀ ਆ ਔਰ ਮੋਰੀ ਗੇਟ ਕੀ ਆ 30,000 ਜਿੱਥੇ ਬਾਬਾ ਜੀ ਦੀ ਫੌਜ ਇਕੱਠੀ ਹੋਈ ਸੀ ਮੋਰੀ ਗੇਟ ਜਿੱਥੇ ਸੰਧ ਲਾ ਕੇ ਅੰਦਰ ਵੜੇ ਸੀ ਮਠਿਆਈ ਪੁੱਲ ਜਿੱਥੇ ਰੋਜ਼ ਲੰਗਰ ਲੱਗਦੇ ਸੀ ਮਠਿਆਈਆਂ ਵੰਡੀਆਂ ਜਾਂਦੀਆਂ ਸੀ ਇਹਦਾ ਇਤਿਹਾਸ ਦੱਸਿਆ ਜਾਵੇ ਔਰ ਸਰਕਾਰ ਨੇ ਲਿਖਤੀ ਤੌਰ 'ਤੇ ਮੈਨੂੰ ਇਹ ਭੇਜਿਆ ਕਿ ਅਸੀਂ ਇਹਦੀਆਂ ਪਲੇਟਾਂ ਔਰ ਲਾਈਟ ਐਂਡ ਸਾਊਂਡ ਸ਼ੋਅ ਤਿਆਰ ਕਰਾ ਰਹੇ ਹਾਂ ਹੁਣ ਹੋ ਸਕਦਾ ਅੱਜ ਕੱਲ੍ਹ ਘਬਰਾ ਗਏ ਹੋਣ ਕਹਿੰਦੇ ਹੋਣਗੇ ਜੀ ਇਹਨਾਂ ਦਾ ਇਤਿਹਾਸ ਦਿਖਾਉਣਾ ਸ਼ੁਰੂ ਕਰਤਾ ਕੋਈ ਪਤਾ ਨਹੀਂ ਆ ਕੇ ਬਹਿ ਜਾਣਗੇ ਇੱਥੇ ਪਰ ਤੁਸੀਂ ਚਿੰਤਾ ਨਾ ਕਰਿਓ ਉਹ ਇਤਿਹਾਸ ਵੀ ਉੱਥੋਂ ਤੱਕ ਪਹੁੰਚਾਵਾਂਗੇ ਮੈਂ ਵਧਾਈ ਦਿੰਦਾ ਹੋਇਆ ਅੱਜ ਦੇਸ਼ ਔਰ ਦੁਨੀਆਂ 'ਚ ਵੱਸਦੇ ਲੋਕੋ ਮੈਂ ਤੁਹਾਨੂੰ ਵਧਾਈ ਦੇਣਾ ਚਾਹੁੰਦਾ ਹੈ ਭਾਵੇਂ ਰਣਜੀਤ ਸਿੰਘ ਦਿੱਲੀ ਦੀ ਤਿਹਾੜ ਜੇਲ੍ਹ 'ਚ ਬੰਦ ਸੀ ਪਰ ਤੁਸੀਂ ਦੁਨੀਆਂ ਭਰ ਦੇ ਲੋਕਾਂ ਨੇ ਅਮਰੀਕਾ ਕੈਨੇਡਾ ਦੀ ਇੱਕ ਧਰਤੀ ਕਰਤੀ ਨਿਊਜ਼ੀਲੈਂਡ ਆਸਟ੍ਰੇਲੀਆ ਇੱਕ ਕਰਤਾ ਰਸ਼ੀਆ ਤੱਕ ਭੰਗਾਂ ਪਾ ਦਿੱਤੀਆਂ ਦੇਸ਼ ਦਾ ਰਾਸ਼ਟਰਪਤੀ ਭਾਵੇਂ ਉਹ ਅਮਰੀਕਾ ਦਾ ਹੋਵੇ ਭਾਵੇਂ ਉਹ ਰਸ਼ੀਆ ਦਾ ਹੋਵੇ ਭਾਵੇਂ ਉਹ ਇੰਗਲੈਂਡ ਦਾ ਹੋਵੇ ਉਹ ਪੁੱਛਣ ਲੱਗ ਪਿਆ ਇਹ ਰਣਜੀਤ ਸਿੰਘ ਕੌਣ ਹੈ ਹੂ ਇਜ਼ ਦਿਸ ਰਣਜੀਤ ਸਿੰਘ ਹੀ ਇਜ਼ ਐਵਰੀਵੇਅਰ ਐਵਰੀ ਸਿੱਖ ਇਜ਼ ਟਾਕਿੰਗ ਅਬਾਊਟ ਰਣਜੀਤ ਸਿੰਘ ਰਣਜੀਤ ਸਿੰਘ ਦੁਨੀਆਂ ਦੇ ਅੰਦਰ ਸ਼ੇਰ ਵਰਗੂ ਬਾਹਰ ਨਿਕਲਿਆ ਔਰ ਦੁਨੀਆਂ ਨੂੰ ਦੱਸਣਾ ਕੀਤਾ ਸ਼ੇਰ ਭਾਵੇਂ ਜ਼ਖਮੀ ਹੋ ਜਾਏ ਸ਼ੇਰ ਰਹਿੰਦਾ ਹੈ ਇਸ ਕਰਕੇ ਮੈਂ ਦੁਨੀਆਂ ਦੇ ਲੋਕਾਂ ਦਾ ਧੰਨਵਾਦ ਕਰਦਾ ਹੈ ਕਿ ਤੁਸੀਂ ਪੂਰੀ ਕਾਇਨਾਤ ਦੇ ਘਰ ਘਰ ਤੱਕ ਰਣਜੀਤ ਸਿੰਘ ਦਾ ਨਾਮ ਪਹੁੰਚਾ ਕੇ ਦੁਨੀਆਂ ਨੂੰ ਦੱਸਣਾ ਕੀਤਾ ਰਣਜੀਤ ਸਿੰਘ ਹੈ ਕੌਣ ਸਾਡੀਆਂ ਸੀਮਾਵਾਂ ਅੰਬਾਲੇ ਤੋਂ ਲੈ ਕੇ ਪਠਾਨਕੋਟ ਤੱਕ ਖਤਮ ਹੁੰਦੀਆਂ ਸੀ ਉਹਨੂੰ ਅਮਰੀਕਾ ਤੋਂ ਲੈ ਕੇ ਨਿਊਜ਼ੀਲੈਂਡ ਤੱਕ ਕਰ ਦਿੱਤਾ ਅਸੀਂ ਸਰਕਾਰ ਦਾ ਧੰਨਵਾਦ ਕਰਦੇ ਹਾਂ ਸਾਨੂੰ ਇੱਕ ਕਰ ਦਿੱਤਾ ਤੁਸੀਂ ਸਾਨੂੰ ਇੱਕ ਕਰ ਦਿੱਤਾ ਮੈਂ ਦੁਨੀਆਂ ਭਰ 'ਚ ਵੱਸਦੇ
गुरु नानक नाम लेवा संगत का कोटान कोट धनवाद करता है और तुहानू एक बेनती करता है। जिस तरह आपां सिर नाल सिर जोड़ के इस लड़ाई नू लड़िया है तुसी साडी हौसला अफजाई की तुहाडी उस हौसला अफजाई सदके गुरु तेग बहादुर साहब जी के दर से जो दिल्ली सिख गुरुद्वारा मैनेजमेंट कमेटी का दफ्तर आ गुरु तेग बहादुर साहब जी की रहमत और बख्शी सदके जदों जदों असी अरदास करके निकले गुरु तेग बहादुर साहब ने कृपा की सरकार के तख्तों की हार हुई और गुरु के सच्चे तख्त की जित हुई। बोलो सत श्री अकाल। मैं दो मुख जानकारियां देना चाहना है उस तो बाद अगला समागम शुरू करांगे। पहली सरदार प्रदीप सिंह जी ते सरदार रणजीत सिंह जी और सरदार सतनाम सिंह जी मंच ते आ खालसा जी का परिवार इत्थे पहुंचे होया है सरदार महेंद्र सिंह जी खालसा जी का सरदार मनदीप सिंह जी का भी। मैं अज एक दो गल्लां दी तुहानू मुख तौर पर जानकारी देना चाहना है। एक कल सवेरे 10 बजे वीरो जिहड़े सुन रहे जे खास तौर पर अमृतसर के लोगों सुन लियो जे कल सवेरे 10 बजे रणजीत सिंह श्री दरबार साहब दर्शन करने पहुँच रहा है। सवेरे 10 बजे एयरपोर्ट से गुरु रामदास एयरपोर्ट से सवेरे 10 बजे लैंड करांगे उतों श्री दरबार साहब जाके गुरु साहब का धन्यवाद कर जावांगे। और कल सॉरी 28 तरीक नूं अगले इतवार 28 तरीक नूं तुसी दोवें मंच ते जे गलत दिन वार फर्क है 28 कह रहे मैं हाँ तो इतवार कह रहा मैं 28 तरीक नूं इतवार नूं गुरुद्वारा सीसगंज साहब विखे मेरे नौजवानों तुसी सुन लियो ध्यान नाल 28 तरीक नूं उस लाल किले के सामने जिस लाल किले नूं लैके ना भड़थू पै रख्या सी गुरु साहब के उस निशान साहब के थले इन्हां अपने शेरां नूं और जेड़े 141 लोग रिहा होए ने उन्हां सारियां नूं मैं सद्दा दिन्ना है दिल्ली दे लाल किले दे सामने तुहानूं सन्मानित करके देश नूं दसणा करांगे असीं अपने भरावां नाल खड़े हां भरावां तुसी पहुंचोगे 28 नूं तुसी पहुंचोगे आप जी हाथ खड़े करके प्रवानगी दिओ जी। ओ साडा वीर 1.5 महीना जेल कट के आया मेरा बोल तेरा गल बह गया उत्थों दा मैं जकारे लाउंदा होंदा पिया तुहाडा जोश देख के मेरा ठंडा हो चलिया तुसी पहुंचोगे। अज अपने व्हाट्सएप अंदर फेसबुक ते पाओगे वो साडे खिलाफ कोई लिखता है उदो भी पा ही दिंदे जे बुरा ना मन्यो पा दिंदे जे ना वो हुण ये भी पाओगे। 28 तरीक नूं असीं रणजीत सिंह वास्ते सीसगंज साहब पहुंचांगे तुसीं लिखोगे नहीं मानते हैं ते जे ऐ कहोगे तो कोई नहीं मनूंगा जोर दे के कहो लिखांगे। भाईओ मैं देश दे लोगो तुहानूं बेनती करदा है 28 तरीक नूं गुरुद्वारा सीसगंज साहब विखे सरदार रणजीत सिंह जी मैं बड़े गुरु तो डर के कहना मैनू बड़ा विश्वास आ साडे सत्कार योग खालसा जी सरदार महेंद्र सिंह खालसा जी जम्मू वाले सरदार मनदीप सिंह जी उन्हां दे सारे साथियों नूं भी असी गुरु साहब के चरण च अरदास करांगे सच्चे पातशाह 28 तरीक तक रिहा करा दिओ जे सिखां दी इज्जत रख लियो उन्होंने उत्थे सन्मानित करना सारियां नूं तुसीं अरदास करोगे तुसीं अरदास करोगे। और जसपाल सिंह साडा दिल्ली का नौजवान सरदार हरमन सिंह सरदार धर्मिंदर सिंह और जेड़े मेरे वीर दे पैर च गोली वजी आ सरदार आकाशप्रीत सिंह सारे वीरां नूं खड़िया करके वो साडा कबड्डी वाला वीर का की नाम आ वो किहड़ा पिंड आ उहदा वो कबड्डी वाले मेरे वीर जे तू सुणदा होवें
जसविंदर सिंह पुट्टर, जसविंदर सिंह पुट्टर पूरा पिंड नाम भुल गया मैनू, और जथेदार सतना जथेदार जीत सिंह जी, जथेदार वो आर्मी वाले गुरमुख सिंह जी जिन्होंने 80,000 फौज के हथियार सटाए सी उन्हां नूं भी, और वो सारे पिंड ततारिया वाले पिंड, ततारिया वाला पिंड है ना मोगे का, ततारिया पिंड भाई कोई गलती लग रही हो माफ कर दियो ततारी वाले हो भी, डेला शहीदां दा पिंड डेला, और इसे बाबा फूला सिंह जी का पिंड, और इसे तरह बठिंडे का वो कि पिंड आ बगी बंगी निहाल सिंह वाला, बंगी निहाल सिंह वाला। मेरे 11 वीरां नूं तुहानूं भी 28 तरीक नूं उस लाल किले के सामने सन्मानित करांगे और पुछांगे सरकार नूं, दस भाई केड़ा सच्चा है, गुरु तेग बहादुर साहब का दर या वो खूनी किला? गुरु तेग बहादुर साहब का दर सच्चा। इस करके संगत जी मैं अमृतसर के वीरां नूं हाथ जोड़ के बेनती करदा है, असी तो अपना जी जान ला के अज हजारा बंदा अपने भरा के स्वागत खड़ा किया है। अमृतसर वालियो हुण कल वारी तुहाडी आ, हुण तुसी देखना है। मैं तो जनतक तौर पर बोलिया भाई, मैं फोन पर किसी कर नहीं सकना, पर मैं जनतक तौर पर मुंडिया भी कहना मेरे वीरो जे तुसी कृपा कर दोगे दुनिया भर च वसदे सिखो आ मैसेज पा दोगे भी कल रणजीत सिंह 10 बजे एयरपोर्ट पर लैंड करूंगा और 11 बजे श्री दरबार साहब पहुंचूगा, पा दोगे मैसेज उन्हें फेसबुक पर स्टेटस पा दोगे? और पता नहीं यार क्यों मैनू क्यों लगता पा कि नहीं पाओगे, पाणगे। जकारा भी एहो जाए श्री अकाल भाई कदी सत श्री अकाल कौम ली, कदी कदी एहो जे समय आउंदे नहीं आ देखो आ साडियां भैणां हुण बोलियां ने, पता लग गया शेरनियां दहाड़ रहियां ने, पता लग गया हुण साडी शेरनियां दहाड़ रहियां ने, आवाज निकली शेरनियां दे नाल। ओ मेरे वीरो हुशियारपुर वालियो, हुशियारपुर है ना तेरा डिस्ट्रिक्ट, नवा शहर, नवा शहर वालियो तुहाडे कोल ते गड्डियां भी वड्डियां वड्डियां ने, सारे विदेशों च बैठे ने, मैं ठीक है ना क्यों सतनाम जी, मैं ठीक है ना, तुहाडे कोल ते गड्डियां भी वड्डियां वड्डियां ने, 140 दी स्पीड ते आने वाली ने, स्वाद ते तां है जे कल तुसी भी एयरपोर्ट ते साढ़े तो पहला पहुंचे हो, साडी स्पीड देख लो, रोग रात 11-11 बजे बाहर आते ने, आ हरजीत रणजीत पुछ लियो जे जेल चो भी कला नहीं आया, जेल चो भी बंदा नाल लैके आया कहिंदा आजा भरा फोन नाल गल करांदा, मैं ठीक है गलत क्या दस रहा, सही गल है जी, जेल चो भी कला नहीं आउण दिता, असी ते भाई अपनी पका दिखाई तुहानू, हुण वीरो वारी अमृतसर वालियां दी आ ते वारी नवे शहर वालियां दी आ, हुण नवे शहर वालियो असी तुहानू बेनती करदे आ, भावें अकाली दल पार्टी होवे, भावें साडे अकाली दल दे लीडर साहिबान होण, भावें किसी होर पार्टी नाल संबंधित होण, पार्टियां ना देखियो जे, आपां ते रणजीत वास्ते आउणा है, पार्टी तों उपर उठ के आउणा है और देश नूं दुनिया नूं दसणा करना है कि असी अपने भरा दे, जोल नाल दसो अपने भरा दे नाल खड़े। हुण मैं बेनती करूंगा सारी दिल्ली दुनिया की संगत वालों, भाई असी रणजीत सिंह नूं 5 सरोपे पाउणे आ, किदे किदे वालों, एक दिल्ली की संगत वालों, एक पंजाब की संगत वालों, एक अपने वकील साहिबाना वालों, एक अमरीका कनेडा न्यूजीलैंड आस्ट्रेलिया लंडन जेड़ी भी दुनिया के बंदे ने रणजीत की पोस्ट पाई सी ना, रणजीत की फोटो पाई सी, मेरे वीरो जिन्हें जिन्हें रणजीत की पोस्ट पाई सी भराओ असी तुहाडे वालों, तुहाडे वालों असी अपने वीर नूं सरोपा पा के सन्मानित करना, तुहाडे एक एक वालों जिन्हें पोस्ट पाई सी रणजीत पिछे। और पंजवां उस अकाल पुरख के चरणों च नित अरदास करन वालियां पासों जिहड़े रोज अरदास करदियां सी, मैं वीरो तुहानूं की दसां
एक इंग्लैंड तो आंटी जिहड़ी नूं जाणदी नहीं, जिहड़ी इहदे कुणबे नूं नहीं जाणदी, और माफ करना 40 साल हो गए दिल्ली च नहीं आई, रोंदी सी मैनू रो के रोज पुछदी सी रणजीत दे हाल की आ। ਉਹ ਮੈਂ ਕਿਹਾ ਦੇਖ ਗੁਰੂ ਦੀ ਕਿੱਡੀ ਕਿਰਪਾ ਹੈ ਰਣਜੀਤ ਦੀ, ਲੋਕਾਂ ਨੂੰ ਤੇ ਇੱਕ ਮਾਂ ਸੀਸ ਦਿੰਦੀ ਆ ਰਣਜੀਤ, ਤੂੰ ਇੰਨਾ ਕਿਸਮਤ ਵਾਲਾ। ਜਦੋਂ ਉਸ ਮਾਂ ਦਾ ਰੋਣਾ ਵੇਂਦਾ ਸੀ ਮੈਂ ਕਹਿੰਦਾ ਸੀ ਧਾਨਿਆ ਰਣਜੀਤ ਜਿਹਦੇ ਪਿੱਛੇ ਇੰਨੀਆਂ ਮਾਵਾਂ ਰੋਂਦੀਆਂ ਪਈਆਂ ਨੇ, ਅੱਥਰੂ ਵੇਂਦਾ ਸਾ ਜਦੋਂ ਉਸ ਮਾਂ ਦੇ। ਨਾ ਜਾਣੇ ਕਿੰਨੀਆਂ ਮਾਵਾਂ ਨੇ ਤੇਰੇ ਪਿੱਛੇ ਅਰਦਾਸ ਕੀਤੀ ਆ, ਕਿੰਨੇ ਵੀਰਾਂ ਨੇ ਤੇਰੇ ਪਿੱਛੇ ਅਰਦਾਸ ਕੀਤੀ ਆ। ਸੋ ਇੱਕ ਸਰੂਪ ਉਹਨਾਂ ਵੀਰਾਂ ਵੱਲੋਂ। ਹੁਣ ਮੈਂ ਬੇਨਤੀ ਕਰੂੰਗਾ, ਸਭ ਤੋਂ ਪਹਿਲਾਂ ਸਰਦਾਰ ਹਰਮੀਤ ਸਿੰਘ ਜੀ ਕਾਲਕਾ ਤੇ ਸਰਦਾਰ ਜਗਦੀਪ ਸਿੰਘ ਜੀ ਕਾਲੋ ਦਿੱਲੀ ਦੀ ਸੰਗਤ ਵੱਲੋਂ ਸਰ ਰਣਜੀਤ ਸਿੰਘ ਜੀ ਨੂੰ ਸਰੋਪਾ ਉਹ ਦੇਣਗੇ। ਆਓ ਅੱਗੇ ਭੈਣ ਸਾਡੀ ਬੀਬੀ ਰਣਜੀਤ ਕੌਰ ਜੀ, ਇੱਧਰ ਆ ਜਾਓ ਭੈਣ ਜੀ, ਔਰ ਅਮਰਜੀਤ ਸਿੰਘ ਪੱਪੂ ਜੀ ਹੈਗੇ ਨੇ ਮੰਚ ਤੇ। ਅੱਛਾ ਮੇਰੀ ਬੇਨਤੀ ਆ ਸਾਰੇ ਪਿੱਛੇ ਖੁੱਲ੍ਹ ਜਾਓ, ਆਪਾਂ ਸਾਰਿਆਂ ਦਾ ਬਹੁਤ ਵਧੀਆ ਤਰੀਕੇ ਨਾਲ ਸਨਮਾਨ ਕਰਨਾ, ਪਿੱਛੇ ਹੋ ਜਾਓ, ਮੇਰੀ ਬੇਨਤੀ ਹੈ। ਜੇ ਨਾ ਕਰਿਓ, ਜੇ ਕਰਾਂਗੇ ਸਭ ਤੋਂ ਕਰਾਵਾਂਗੇ, ਪਰ ਪਿੱਛੇ ਹੋ ਜਾਓ ਇੱਕ ਵਾਰ। ਬਹੁਤ ਸੋਹਣੇ ਤਰੀਕੇ ਨਾਲ ਪ੍ਰੋਗਰਾਮ ਕਰਨਾ ਹੈ। ਹੁਣ ਇੱਕ ਸੁਰ ਪਾਓ ਦੁਨੀਆ ਭਰ ਦੀ ਸੰਗਤ ਵੱਲੋਂ ਪਾਓ ਜੀ, ਅਮਰੀਕਾ ਕੈਨੇਡਾ ਦੀ ਸੰਗਤ ਵੱਲੋਂ ਬੋਲੇ ਸੋ ਨਿਹਾਲ। ਬਈ ਅਮਰੀਕਾ ਕੈਨੇਡਾ ਦੇ ਅੰਦਰ ਉਹ ਨਾ ਸੋਚਿਓ ਜੇ, ਮੈਂ ਤੇ 5 ਕੰਟੀਨੈਂਟ ਹੀ ਕਹਿ ਦਿੱਤੇ ਨੇ, ਕਿਉਂਕਿ ਸੰਸਾਰ ਭਰ ਦੇ ਲੋਕਾਂ ਨੇ ਸਾਥ ਦਿੱਤਾ ਸੀ। ਪਿੰਕੀ ਜੀ ਧਿਆਨ ਨਾਲ ਮੈਨੂੰ ਨਾ ਡੇਗ ਦਿਓ ਜੇ ਥੱਲੇ, ਰੁਕ ਜਾਓ, ਬੋਲਣ ਦੱਸਣ ਤੇ ਦਿਓ ਕਿਹਦੇ ਵੱਲੋਂ ਪਾਉਣਾ ਹੈ, ਰੁਕ ਤੇ ਜਾਓ। ਆਓ ਪਾਪਾ ਜੀ ਅੱਗੇ ਆ ਜਾਓ, ਜਗਦੀਪ ਜੀ ਨੂੰ ਬੁਲਾਓ, ਜਗਦੀਪ ਜੀ ਆ ਗਏ। ਆ ਸਰੋਪਾ ਪਾਓ ਜੀ, ਪਾਓ ਹੁਣ ਬੋਲੇ ਸੋ ਨਿਹਾਲ। ਜਿਹੜੇ ਮੇਰੇ ਵੀਰ ਰੋਜ਼ ਸੋਸ਼ਲ ਮੀਡੀਆ ਤੇ ਪੋਸਟਾਂ ਪਾਉਂਦੇ ਸੀ ਨਾ ਇੰਸਟਾਗ੍ਰਾਮ ਤੇ, ਆ ਤੁਹਾਡੇ ਵੱਲੋਂ ਸੋਪਰਾ ਜੇ, ਜਿਹੜੇ ਟਵਿੱਟਰ ਤੇ ਪਾਉਂਦੇ ਸੀ, ਮੈਂ ਬੇਨਤੀ ਕਰੂੰਗਾ ਭਾਈ ਜਗ੍ਹਾ ਖਾਲੀ ਛੱਡ ਦਿਓ, ਸੀਨੀਅਰ ਮੈਂਬਰ ਸਾਹਿਬਾਨਾਂ ਨੂੰ ਅੱਗੇ ਆ ਲੈਣ ਦਿਓ, ਜਿਹਨਾਂ ਨੇ ਲੜਾਈ ਲੜੀ ਆ ਨਾ ਉਹਨਾਂ ਨੂੰ ਅੱਗੇ ਆ ਲੈਣ ਦਿਓ। ਵਕੀਲ ਸਾਹਿਬਾਨਾਂ ਨੂੰ ਬੇਨਤੀ ਕਰੂੰਗਾ, ਸਾਰੀ ਵਕੀਲ ਸਾਡੀ ਫਿਟਨਿਟੀ ਵੱਲੋਂ। ਹੁਣ ਮੈਂ ਇਸ ਤੋਂ ਬਾਅਦ ਨਹੀਂ ਦੁਬਾਰਾ ਕਹੂੰਗਾ, ਜੇ ਨਹੀਂ ਪਿੱਛੇ ਹੋ ਸਕਦੇ ਮੈਂ ਚਲੇ ਜਾਂਦਾ ਥੱਲੇ ਉੱਤਰ ਕੇ, ਐ ਤਾਂ ਨਾ ਕਰੀਏ ਆਪਾਂ। ਮੈਂ ਤੁਹਾਨੂੰ ਬਾਰ ਬਾਰ ਕਹਿੰਦਾ ਪਿਆ ਪਿੱਛੇ ਹੋ ਜਾਓ, ਪਿੱਛੇ ਹੋ ਜਾਓ, ਸਾਰੇ ਵਕੀਲ ਸਾਹਿਬਾਨਾਂ ਨੂੰ ਅੱਗੇ ਆਉਣ ਦਿਓ, ਅਸੀਂ ਸਾਰੇ ਪਿੱਛੇ ਹਾਂ। ਪਾਓ ਆਓ ਜੀ, ਆ ਵੀ ਇੱਧਰ ਤੂੰ ਅੱਗੇ ਆਓ ਨਾ, ਅੱਗੇ ਆਓ ਨਾ, ਐ ਕਿਉਂ ਕਰ ਰਹੇ ਜੇ, ਖੁੱਲੋ ਰਾਜ ਸਾਹਿਬ, ਖੁੱਲੋ ਹੋਰ, ਖੁੱਲੋ ਪਾਓ ਜੀ, ਰਾਹੁਲ ਜੀ ਅੱਗੇ ਆਓ ਜੀ, ਬੋਲੇ ਮੇਰੀ ਗੱਲ ਸੁਣੋ, ਵਕੀਲ ਕੋ ਪਿੱਛੇ ਰਹਿਤ ਨਹੀਂ ਕਿਆ, ਕੋਈ ਵਕੀਲ ਸਾਹਿਬ ਪਿੱਛੇ, ਕੋਈ ਨਹੀਂ, ਜਿਹੜੇ ਨਹੀਂ ਆਏ ਕੋਈ ਗੱਲ ਨਹੀਂ। ਹੁਣ ਇੱਕ ਸਰੋਪਾਓ ਸਾਡੀ ਉਹਦਾ ਮਾਵਾਂ ਵੱਲੋਂ ਜਿਹੜੀਆਂ ਨਿਤ ਅਰਦਾਸ ਕਰਦੀਆਂ ਸੀ, ਮੈਂ ਬੀਬੀ ਰਣਜੀਤ ਕੌਰ ਜੀ ਨੂੰ ਬੇਨਤੀ ਕਰੂੰਗਾ। ਆਓ ਭੈਣ ਜੀ, ਆਓ ਉੱਤੇ ਆ ਜਾਓ, ਗੋਲਡੀ ਧਰਮ ਪ੍ਰਚਾਰ ਸਾਡੇ ਗੋਲਡੀ ਜੀ, ਆਓ ਅੱਗੇ ਆ ਜਾਓ, ਆ ਜਾਓ ਮੌਂਟੀ ਜੀ, ਆਓ ਨਾ ਮੌਂਟੀ ਜੀ, ਇੰਦਰਜੀਤ ਜੀ ਆਓ, ਤੁਸੀਂ ਵੀ ਆਓ ਨਾਲ, ਪਾਓ ਭੈਣ ਜੀ, ਵੀਰਾ ਜੀ ਨੂੰ ਬੁਲਾ ਲਓ, ਵੀਰਾ ਜੀ ਕਿੱਥੇ ਇੱਥੇ, ਅੱਛਾ ਜੀ। ਹੁਣ ਇੱਕ ਸਰੋਪਾਓ ਉਹਨਾਂ ਸਾਰੀਆਂ ਸੰਗਤਾਂ ਵੱਲੋਂ ਜਿਹੜੇ ਨਿਤ ਅਰਦਾਸਾਂ ਕਰਦੇ ਸੀ, ਲਿਆਓ ਜੀ ਅੱਗੇ, ਜਸਵੀਰ ਸਿੰਘ ਜੀ ਆਓ ਜੀ, ਦਲਜੀਤ ਸਰਨਾ ਜੀ ਅੱਗੇ ਆ ਜਾਓ, ਸਰਦਾਰ ਅਮਰ ਸਰ ਸਰਬਜੀਤ ਸਿੰਘ ਜੀ ਵਿਰਕ ਜੀ ਅੱਗੇ ਆ ਜਾਓ, ਲੁਬਾਣਾ ਜੀ ਅੱਗੇ ਆ ਜਾਓ, ਧਿਆਨ ਨਾਲ ਆਰਾਮ ਨਾਲ, ਮਨਜੀਤ ਔਲਖ ਜੀ ਅੱਗੇ ਆਓ, ਆਹ ਨੌਜਵਾਨ ਮਨਜੀਤ ਔਲਖ ਪੂਰੇ ਦੇਸ਼ ਅੰਦਰ ਤੁਹਾਡੀ ਲੜਾਈ ਲੜਨ ਵਾਸਤੇ ਹੈ, ਗੁਰਸਿੱਖ ਸਾਡਾ ਵੀਰ ਖੜਾ ਹੁੰਦਾ ਸੀ ਖਾਲਸਾ ਅੱਗੇ। ਹੁਣ ਮੈਂ ਬੇਨਤੀ ਕਰੂੰਗਾ ਦਿੰਦੇ ਹਾਂ, ਹੁਣ ਮੈਂ ਬੇਨਤੀ ਕਰੂੰਗਾ, ਪਾ ਦਿਓ, ਕੋਈ ਨਹੀਂ ਪਾ ਦਿਓ, ਜਲਦੀ ਪਾ ਦਿਓ ਉੱਤਰੋਂ ਥੱਲੇ, ਆਹ ਪਰਮਜੀਤ ਅੱਗੇ ਆ ਜਾ, ਕੋਈ ਨਹੀਂ ਪਾ ਦਿਓ, ਪਾ ਦਿਓ, ਦੋਵੇਂ ਨੇ ਇਕੱਠੀਆਂ ਹੋ ਕੇ ਪਾ ਦਿਓ, ਇੱਕ ਵਾਰ ਪਾ ਦਿਓ, ਚਲੋ। ਹੁਣ ਮੈਂ ਬੇਨਤੀ ਕਰੂੰਗਾ ਪ੍ਰਦੀਪ ਜੀ ਨੂੰ, ਪ੍ਰਦੀਪ ਜੀ ਤੁਸੀਂ ਅੱਗੇ ਆਓ, ਹੁਣ ਪ੍ਰਦੀਪ ਅੱਗੇ ਆ, ਉਹ ਤੋਂ ਬਸ ਚਾਚਾ ਜੀ ਨੂੰ ਕਰਦੇ, ਅੱਛਾ ਥੱਲੇ ਰੱਖਦੇ ਇੱਥੇ, ਕੋਈ ਨਹੀਂ, ਆ ਦਿਓ ਸਰੋਪੇ ਦਿਓ, ਮੈਂ ਬੇਨਤੀ ਕਰਦਾ, ਆ ਜਾਓ ਸਵੀਟਾ ਅੱਗੇ ਆ ਜਾ, ਬਈ ਜਿਹੜੇ ਮੈਂਬਰ ਸਾਹਿਬਾਨ ਨਹੀਂ ਆਏ ਨਾ ਉਹ ਅੱਗੇ ਆ ਜਾ, ਲੈ ਕੇ ਆਏ, ਕਰਦੇ ਕਰਦੇ, ਕੋਈ ਨਹੀਂ ਕਰਾਵਾਂਗੇ ਨਾ, ਤੁਸੀਂ ਜਿਹੜੇ ਨਾਗੀ ਸਾਹਿਬ ਅੱਗੇ ਆ, ਸ਼ਰਮਾਓ ਨਾ, ਤੁਸੀਂ ਸਭ ਨੇ ਮਿਹਨਤਾਂ ਕੀਤੀ, ਬਰਾੜ ਸਾਹਿਬ ਆ ਜਾਓ ਅੱਗੇ ਆ ਜਾਓ, ਕੋਈ ਨਹੀਂ
पाओ नाल हो जाओ पाओ नागी जी पाओ वो कर दे ना वो कराने ना बोले सोने हो आज अगे कराने हूँ मैं बेनती करता सरदार सतनाम सिंह जी अगे आ चाचा जी आओ अगे आओ सरदार गुरदेव सिंह जी तुम भी आओ आज 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 बोले आज अगे आज शर्माओ ना अगिनी अगे आ जा आ जा राजे अगे आ साडे मैंबर साहबाना ने बहुत लड़ाई लड़ी आ बई कि धनवाद करिए बेदी साहब आओ अगे आओ करो फड़ो ना पढ़ो सरूपा फड़ो उधरों बोले सो निहाल एक और सरूपा ले लो आज यार अगे आ जाओ जेड़े हो गए ने पिछे हो जाए करना ताकि अगले मौका मिल जाए एक मिनट रुक जाओ पहले इन्होंने कर दी है ना अपना करा बात करा आ जाओ कि नहीं आ जाओ प्रधान जी आ जाओ अगे आ जाओ आ लियाओ जी आओ जी आओ बोले सो निहाल आप पाओ सिर्फ मैं बोले सो निहाल मैं बेनती करांगा थोड़े थोड़े पिछे हो जाओ कृपा करके पिछे हो जाओ स्टेज अगे नूं गिर जाणगे थोड़ा थोड़ा आप जी पिछे हो जाओ आओ जी आ जसप्रीत सिंह जी पिछे हो जाओ बाती साहब नाल जसप्रीत विक्की मान नूं लो जसप्रीत हो गया आ मान साहब गगन जी गगन जी मान साहब इधर आ जा गगन जी आ जाओ गगन इधर जसप्रीत सारे आ जाओ यूथ बब्बर आ जा नाल आ जा बब्बर साहब आ जाओ बब्बर अगे हो जा नाल आ जाओ बीरा जी आ जाओ उधर देखो उधर बोले सोनेहा चलो हुण मेरी बेनती आ हुण मेरी बेनती आ कि पहला सरदार हरमीत सिंह जी दो मिनट गल करना चाहते उदों बाद मैं जरूर चाहूँगा कि रणजीत जी भी ते प्रदीप जी भी जरूर अपनी संगत नाल अपनी भावना सांझी करन आओ जी एक अच्छा उन बुला लिया एक मिनट सरदार सरदार महेंद्र सिंह खालसा जी दे ब्रदर इत्थे आए हुए ने बुलायो जी खालसा जी खालसा जी एक दो सरूपा लियाओ इधर तुहानूं सारिआं नूं खालसा जी अगे आओ हरमीत जी सरूपा दिओ एक अच्छा चलो खालसा जी दे महेंद्र सिंह खालसा जी दे ब्रदर आए ने इत्थे ओह सरूपा दे रहे ने इन्हां नूं तुसीं पायो हार एक आ पायो खालसा जी दे बोले सो निहाल कौम दे कार्ज करन वालिआं नूं नहीं उन्हां दे परिवारां नूं वी लोक फिर ऐ ही सन्मान करदे ने उस मां दे कुणबे नूं उस परिवार दे कुणबे नूं लोक धन्नवाद करदे ने सो मैं बहुत धन्नवाद करदा हुण हरमीत जी नूं बेनती करूंगा और फिर उस तों बाद प्रदीप जी और रणजीत जी वाहिगुरू जी का खालसा वाहिगुरू जी की फतेह मैं सब तों पहलां मंच ते खड़े अपने सारे वीरां नूं कहांगा कि बहुत जगह पिछे हैगी है दो दो कदम पिछे हो जाओ इत्थे अगे गिर रहे हां सारिआं नूं बेनती है कि एक एक कदम पिछे हो जाओ पाटिया साहब साध संगत जी तुसी देखिया किस तरीके दे नाल किस जज्बात दे नाल सरदार मनजिंदर सिंह सिरसा होरां ने अपने विचार रखे और तुहानू दस्या कि दिल्ली सिख गुरद्वारा प्रबंधक कमेटी की यह टीम किस तरीके दे नाल अपने उन किसान वीरां लई जिहड़े जेलां दे विच तशद्दुद कर रहे हैं और उन्होंने छुड़ाउण दे वास्ते जिहड़ा कार्य किया यह सब कुछ ताई मुमकिन होया क्योंकि दिल्ली की संगत ने हमेशा साडे ते विश्वास रखिया साडे ते भरोसा रखिया और तुहाडे भरोसे दे सदके अज देश दे विच नहीं दुनिया दे विच जे दिल्ली दे सिखां दा नाम होया ते तुहाडे सारे आशीर्वाद करके दिल्ली सिख गुरद्वारा प्रबंधक कमेटी की समुची टीम करके सो मैं तुहाडे सारिआं नूं अज वधाई दिंदा क्योंकि जिस तरीके दे नाल हुणे सिरसा जी दस रहे सी इह जिहड़े 150 दे करीब किसान वीर जिहड़े उस लड़ाई दे विच 26 जनवरी दे साके तों बाद जिस तरीके दे नाल जेलां 'च होए इन्हां दे विच तकरीबन 125 तो उपर अलग अलग पिंड पंजाब दे जिलों चो है और पंजाब तो लैके दुनिया भर के अगर दिल्ली के सिखा का नाम होया कि जिस तरीके दे नाल सेवा हुई है यह तुहाडे आशीर्वाद के नाल असी यह विश्वास किया सी यह दुआया सी तुहाडी सारी संगत नूं कि जिस तरीके दे नाल तुसी साडे ते आशीर्वाद रखिया कौम की लड़ाई नूं अगे वध चढ़ के लड़ांगे और हमेशा जित हासिल हुई तुहाडे प्यार का सदका गुरु तेग बहादुर साहब के आशीर्वाद का सदका जिस तरीके दे नाल पिछले समय दे अगर असी देखिए ऐसे जगह दे उत्ते असी पिछले साल पिछले तो पिछले साल फतेह दिवस मनाया मगर ये पिछले साल कोविड करके नहीं मना सके इस बारी भी बहुत वड्डे पद्धर ते मनाउण दी गल कीती गई सी लाल किले दे उत्ते मगर
सरकारां वालों परमिशन कोविड करके और ये जड़े हालात बने, मगर साड़ा भी दिल ऐसी सी कि असी तद तक ये काम ना करिए जब तक साढ़े वीर तशद्दद कर रहे हैं, मगर इन्हों भी बड़े गलत तरीके दे नाल पॉलिटिसाइज किया गया और ये उत्ते दोष विदोष की जड़ी रणनीति चलाई गई है तुहाडे सामने वे, मगर अज उन लोगों उन्होंने मूँह बंद होणगे क्योंकि अज पता है कि किस तरीके दे नाल असी अपने नौजवान वीर नूं इत्थे लैके आए हैं और इहदी लड़ाई जड़ी समुची कौम दिल्ली की नहीं देश की दुनिया के दे लोगों ने जिस लड़ाई नूं लड़ रहे सी जिन्हों की अरदासा सी अज वो पूरियां हुई हैं। इस कोविड की महामारी के जिस तरीके दे नाल समुची टीम ने घर घर के जा के लंगर की सेवा की है तुहाडे सामने है। जे अगर असी अपनियां सेवावां की गल करिए क्योंकि बहुत जरूरी गल है, तुसीं हज़ारां की गिनती दे विच इत्थे पहुंचे हो, असी तुहानू गुरु नानक देव महाराज जी दे शताब्दी समय दे विच गुरु महाराज की हजूरी दे विच वचन किया सी कि जिहड़ा 20 सालां तों बंद गुरद्वारा बाला साहब होस्पिटल जिहड़ा बंद रहा जिन्हों हमेशा राजनीति का अखाड़ा बना के रखता गया सी, वादा किया सी संगतां दे अगे कि गुरु तेग बहादुर साहब महाराज की शताब्दी आउण तों पहला पहला उहनू शुरू करांगे और तुहाडे सामने जिस तरीके दे नाल 7 मार्च नूं उहदा उद्घाटन किया गया देश दे विच सब तो वड्डा डायलिसिस सेंटर और फ्री ऑफ कॉस्ट जिहदे विच परची कट्टण दा काउंटर तक नहीं रखिया गया, ये असी शुरू करके कौम दा माण वधाया कि नहीं वधाया, एक बार तुसी सारे जकारा ला के दस दिओ कि तुहाडा वधिया कि नहीं वधिया। खालसा जी, मगर बड़ी अफसोस की गल कि उहदे उत्ते भी राजनीति करती जा रही है और तुहाडे सामने कल बड़े उत्थे एक मिस हैपनिंग होने के बावजूद जिस तरीके दे नाल उत्थे मीडिया भेजा गया सिख नूं बदनाम करन दी गल कीती और सिखी नूं बदनाम करन दी गल कीती सी, असी भी अज बैठ के टीचा किया असी कि जिन्ना मर्जी तुसी साढ़े ते दोष विदोष की राजनीति करो, मगर अज संगत नूं क्योंकि अज फतेह दिवस वाले दिन सिरसा जी मैं ऐलान करन जा रहा कि जिस तरीके दे नाल तुसी सानूं ये मशीनां चलाउण तों रोकण दी गल कीती आने वाले एक साल दे विच दुनिया का सब तो वड्डा डायलिसिस सेंटर बनावांगे, 1000 मशीन उत्थे लगावांगे, ये तुहाडे सारे दे करके जिन्ना मर्जी तुसी साढ़े ते राजनीति करन की कोशिश करो साढ़े ते दोष विदोष की गल्ला करो, मगर असी अपनी कौम नूं जिहड़ा वादा करांगे वह पूरा करांगे और तुहाडे सामने ये जिहड़ी नौजवानां दी टीम खड़ी है जिस तरीके दे नाल इन्हां ने सेवा कीती है मैनूं उम्मीद है कि आने वाले समय दे विच तुहाडे आशीर्वाद दे सदका इसी तरीके खालसे दे जकारे वजदे रहणगे गूंजा वजदियां रहणगियां। सो मैं आई समुची संगत दा धन्नवाद करदा और धन्नवाद करदा समुचे मीडिया वालियां दा सारियां दा जिन्हां ने जिस तरीके दे नाल इस सोशल मीडिया दे साडी टीम दे लोगां ने और वकीलां ने जिस तरीके दे नाल लड़ाई लड़ी और साडे वीर रणजीत सिंह नूं अज आपां रिहा करके लिआए आ तुहाडी अरदासां दा सदका। समां हो गया अगे दे प्रोग्राम करन दा, सो मैं सारिआं दा एक बार फिर तो धन्नवाद करदा, उम्मीद रखदा कि सारी संगत क्योंकि दिल्ली दे वख वख कोने तों इत्थे पहुंची है अपने इलाकिआं दे विच तुसीं इसी तरीके दे नाल अपने इन्हां दिद्दी सिख गुरद्वारा प्रबंधक कमेटी के वीरां दे उत्ते हाथ रखोगे ताकि आने वाले समय दे विच देश कौम पंथ की सेवा कर सकीए। बहुत बहुत धन्यवाद, वाहिगुरू जी का खालसा वाहिगुरू जी की फतेह। मैं वीरो एक माफी चाहना है, मेरे किसान देवता साडा अन्न देवता जिसल असी लड़ाई लड़ रहे हैं जेडे सड़कों पर बैठे ने जेडे बार्डर से बैठे ने, माफ करना मैं उन्हां वालों सरूपा भुल गया। मेरे वीरो मैं हाथ जोड़ के माफी मांगदा अपने किसान वीरां तों, पता नहीं बोलदिया किवें गिर तो एड्डी वड्डी गुस्ताखी हो गई। सही पहला सरूपा जिहड़ा है वह साडे किसान वीरां वल्लों बणदा है जिहड़े रात दिन ना गर्मियां की परवाह की ना सर्दी की परवाह की। सो मैं बेनती करदा है एक सरूपा हो, मैं तहसीलदार हरमीत सिंह कालका जी सारिया किसान जथेबंदियों वालों किसान वीर वालों साडिया उन्होंने मावं वालों जिहड़िया बार्डर से बैठिया ने और उन्होंने भरावों वालों जिहड़े किसानी के पिछे आके सड़कों पर बैठे ने किसान मजदूर वालों ये गुरु साहब की छो बोले बड़ी गुस्सा बड़ी वड्डी गुस्ताखी ते खिमा हो चली सी। मैं उम्मीद करदा मेरे किसान वीर मैनू माफ करनगे, इहदे नाल नाल सरोपे दे नाल नाल श्री शराबी और सेरा भी आ सरोपे किसानी वालों होर नीला भी ते केसरी भी। हुण मैं बेनती करना चाहुंदा है सरदार सतनाम सिंह जी नूं जिहड़े कि चाचा जी ने साडे नौजवान वीर रणजीत दे, ओह भी संगत नाल दो गल्लां करनियां चाहुंदे ने। बाबा जी आ ना थोड़ा पिछे पिछे सतनाम जी
वाहिगुरु जी का खालसा वाहिगुरु जी की फतेह। सब तो पहला देसा विदेशों में बसदियां मेरी पंजाबी संगत जिन्हों रणजीत सिंह बारे बहुत चिंता सी। रणजीत सिंह तुहाडे सामने बाहर आ चुकिया है, थानू परिवार वालों तो मेरे वालों बहुत बहुत धन्यवाद। तुसी धन्यवाद के हकदार हो क्योंकि तुसा ने बहुत साथ दिता, बहुत सहयोग दिता, परिवार नाल जो भी हमदर्दी जताई तुसी सारे, जिसने भी हमदर्दी जताई तुसी सारे दे सारे धन्यवाद के हकदार हो। बाकी सब तो ज़्यादा धन्यवाद मैं समुची दिल्ली सिख गुरद्वारा प्रबंधक कमेटी का करता वा, जिसने कि सानू महसूस ही नहीं होन दिता कि साढ़े नाल एडा वड्डा भाणा वरतिया कि असी फिर बिल्कुल बेफिक्र होकर दिल्ली में घूमते रहे, क्योंकि इन्हों का कार्यकारी यह जहा कि इन्होंने सानू महसूस नहीं होन दिता। जो इन्हां दियां एडवोकेट पार्टी सी जिन्हां विच मैं दो चार मैंबरां दे नाम भी जानता हाँ, संधु साहब हो गए जिहड़ा ढिल्लों साहब, राय साहब, चीमा साहब ते होर कोहली ब्रदर, बाकी होर जिहड़े भी मैंबर रविंदर कौर बीबी जी, उन्हां दा मैं बहुत बहुत तहे दिलों धन्नवाद करदा, उन्होंने भी मैनू बहुत सपोर्ट की। बाकी सब तो ज़्यादा धन्नवाद दे हकदार तुसी दिल्ली वासी हो, दिल्ली की संगत हो। बोलो इसका कारण भी यह है कि तुसी जिस बब्बर शेर नू ए सेवा दिती है, जिस सेवा ते बिठा के अज रणजीत सिंह ले केस लड़िया गया, वो यह जहा कोई काम नहीं कर सकता, ये थोड़ी मेहरबानी वाले काम होया। जे तुसी सिरसा जी नू चुनिया उस जगह ते सेवा ले बिठाया तो इन्होंने साडा मान रखिया, नहीं पंजाब विचों असी आए सी, साडा तो 84 तो बाद इधर ना लैण नू भी दिल्ली का डर लगता सी, लेकिन फिर भी सानू हुण साडा जाण नू दिल नहीं करता, शायद असी दो चार दिन होर जाइए भी ना। बोले सहने बाकी तुसी सिख संगतां ने जिन्नी भी इन्हां नू सेवा लाई है, इन्होंने वो सेवा अपने कद तो भी उच्ची कढ के निभा के दिखाई है। इन्होंने सानू कोई भी किसी भी किस्म की तंगी महसूस नहीं होन दित्ती। जदों 29 तरीक नूं रणजीत सिंह नाल तशद्दुद हो गया, उस तों बाद विच जो भी इस कमेटी ने किया, बाकी समुची कमेटी इस सारे सिस्टम की हकदार है, इस शाबाशी की हकदार है। मैं तो सलाम करदा इन्हां दे जज्बे नूं कि इहो जिही इंसानियत, क्योंकि मैं 15 दिन हो गए आए नूं, 12 दिन तो मैं इन्हों शकल नहीं दिखाई, जद के मूँह बन के मैं दफ्तर घूमता रहा, सिर्फ यही देखता रहा कि इन्ना समुचे ढंग ना काम चलाना किसी बंदे की बस की गल नहीं है। लेकिन लत्तां खिंचण वाले का की है, जिहड़ा चंगा काम करता ना उहदियां लत्तां खिंचण वाले तो 15-20 तुहानूं मिल ही जाणगे। ठीक है, लत्तां ही खिंचदे रहणगे। बाकी मैं गुरु तेग बहादुर जी दे अगे अरदास करदा हाँ, पे थोड़े संगतां अगे भी बेनती करता हाँ कि जिन्होंने जिदा साढ़े गुरुआ ने कुरबानियां भी कीतियां, शहीदियां दित्तियां, दूजे धर्मां खातर शहीदियां दित्तियां, बच्चियां दे साहबजादियां दे जंगां विच लड़ाइयां कीतियां ते नीहां विच चिणवाए, वो गुरु सी, उन्होंने कोई माड़ा काम नहीं सी कीता, उन्होंने कौमां लई धर्मां लई लड़ाइयां लड़ियां सी, उन्हां नूं भी तंगियां का सामना करना पिया सी, उन्हां नूं भी मुश्किलां का सामना करना पिया सी। इस करके जो बंदा चंगे काम करेगा उन्हूं मुश्किलां का सामना तो करना ही पवेगा। फिर भी मैं सिरसा जी अगे बेनती करता हाँ कि तुसी सब तो ज़्यादा हकदार इसलिए हो कि बस जो थोड़ी दहाड़ है ना, ये नाल सरकार भी कंबी हुई है। ये सिरसा जी ने कोई छोटा मोटा काम नहीं, ये काम लत्तां कंबदियां सी बड़े बड़े दियां, असी भी अपने वलों कोशिशां पहलां कीतियां भी रणजीत सिंह बारे पता करिए, ये तो यह साड़ी एकदम टाइम ते बांह फड़ी हुंदी, नहीं तो जिहदे कोल भी जांदे सी कौन बंदा सरकार नाल टक्कर लऊगा, भरावो तुसी अपना देख लो कर लो, कोई नहीं नाल ही है, थोड़े पिछे ही है, बांह फड़ के अगे तुरन वाले पिछे सानू खिंचण वाले एक मनजिंदर सिंह जी सिरसा सी। सो मैं इन्हां दा तह दिलों परिवार वालों, वह मेरे को शब्द है नहीं जो मैं शुक्रिया अदा करा, पर इन्हां नू जो सेवा लाई है महाराज ने जां सिख संगत ने,
वो सेवा निभा रहे ने, तुसी बड़िया बड़िया सेवावां दे के देखो इन्हां नूं, मैनूं लगदा दुनिया नूं भी पार लगा देणगे। वाहिगुरू जी का खालसा, वाहिगुरू जी की फतेह। वाहिगुरू जी का खालसा, वाहिगुरू जी की फतेह। एक रणजीत सिंह की माता जी ने, माता जी के पिता जी ने एक छोटा जिहा कमीज पजामा ते जिदा तावल वगैरह जिदा दिंदे हुंदे अपने पिंडां विच रिवाज हुंदा, ओह सिरसा साहब नूं दे रहे ने। ਸ੍ਰੀ ਅਕਾਲ ਰਣਜੀਤ 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 ਆ ਜਾ ਰਣਜੀਤ ਸਿੰਘ ਨੂੰ ਰਣਜੀਤ 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 ਸਿਰਸਾ ਸਾਹਿਬ ਨੂੰ ਰਣਜੀਤ ਸਿੰਘ ਰਣਜੀਤ ਚਲੋ ਡਬਲ ਡਬਲ ਕਰੋ ਹੱਥ ਅੱਗੇ ਨਹੀਂ ਆਉਂਦਾ ਡਬਲ ਕਰੋ ਹੱਥ ਪਾ ਡਬਲ ਕਰੋ ਜਾਂ ਡਬਲ ਟ੍ਰਿਪਲ ਕਰ ਦਿਓ ਟ੍ਰਿਪਲ ਕਰ ਦਿਓ ਸਤਿਆਕਾਲ। ਮੈਂ ਬਹੁਤ ਧੰਨਵਾਦ ਕਰਦਾ ਹਾਂ ਸਾਡੇ ਸਤਿਕਾਰਯੋਗ ਮਾਤਾ ਜੀ ਦਾ, ਉਹਨਾਂ ਦੇ ਮਾਤਾ ਜੀ ਦੇ ਪਿਤਾ ਜੀ ਦਾ, ਜਿਨ੍ਹਾਂ ਨੇ ਮੇਰੇ ਵਾਸਤੇ ਇਹ ਇੰਨਾ ਵੱਡਾ ਮਾਣ ਭੇਜਿਆ ਹੈ। ਮੇਰੇ ਕੋਲ ਅਲਫਾਜ਼ ਨਹੀਂ। ਜਦੋਂ ਮੈਂ ਡੇਲੇ ਪਿੰਡ ਗਿਆ ਸੀ ਨਾ ਰਣਜੀਤ, ਉੱਥੇ ਮੈਨੂੰ ਮਾਤਾ ਜੀ ਨੇ 500 ਰੁਪਇਆ ਦਿੱਤਾ। ਉਹਨਾਂ ਦੇ ਜੇਬ 'ਚ 510 ਰੁਪਏ ਸੀਗੇ ਤੇ 510 'ਚੋਂ 500 ਰੁਪਇਆ ਉਹਨਾਂ ਮੈਨੂੰ ਦਿੱਤਾ। ਕਹਿੰਦੇ ਮੇਰਾ ਪੁੱਤ ਬਾਹਰ ਆ ਗਿਆ, ਦੂਜੀ ਮਾਂ ਜੀ ਦਾ ਬੇਟਾ ਬਾਹਰ ਆਇਆ ਸੀ, ਉਹਨੇ ਮੈਨੂੰ 500 ਸ਼ਗਨ ਦਿੱਤਾ। ਤੀਜੀ ਮਾਂ ਨੇ 200 ਕੱਢ ਕੇ ਦਿੱਤਾ, ਚੌਥੀ ਮਾਂ ਨੇ 200 ਦਿੱਤਾ, ਇੱਕ ਨੇ 500 ਦਿੱਤਾ। ਮੈਂ ਉਧਰੋਂ ਉਧਰੋਂ ਕਿਹਾ ਇਹ ਇੰਨਾ ਜ਼ਿਆਦਾ ਮਾਇਆ ਏ, ਇਹਦਾ ਭਾਰ ਨਹੀਂ ਮੇਰੇ ਤੋਂ ਚੱਲਿਆ ਜਾ ਸਕਦਾ। ਇੰਨਾ ਵੱਡਾ ਆਸ਼ੀਰਵਾਦ ਇੱਕ ਮਾਂ ਦੇ ਵਾਸਤੇ ਆਪਣੇ ਪੁੱਤ ਨੂੰ ਆਸ਼ੀਰਵਾਦ ਦੇਣਾ। ਅੱਜ ਇਹ ਜੋ ਤੁਸੀਂ ਮੈਨੂੰ ਦਸਤਾਰ ਬਖਸ਼ੀ ਆ, ਤੁਹਾਡੇ ਮਾਤਾ ਜੀ ਦੇ ਪਿਤਾ ਨੇ, ਤੁਹਾਡੇ ਨਾਨਾ ਜੀ ਨੇ, ਤੁਹਾਡੇ ਪਿੰਡ ਨੇ, ਮੇਰੇ ਵੀਰੋ ਮੈਂ ਕੋਸ਼ਿਸ਼ ਕਰੂੰਗਾ, ਇਸ ਦਾ ਬੋਝ ਆ ਮੇਰੇ 'ਤੇ। ਜੋ ਤੁਸੀਂ ਮੈਨੂੰ ਇੰਨਾ ਮਾਣ ਬਖਸ਼ਿਆ ਹੈ, ਦਿੱਲੀ ਦੀ ਸੰਗਤ ਨੇ ਬਖਸ਼ਿਆ ਹੈ, ਅਸੀਂ ਡਟ ਕੇ ਆਪਣੇ ਵੀਰਾਂ ਵਾਸਤੇ ਖੜੇ ਹਾਂ ਅਤੇ ਖੜੇ ਰਹਾਂਗੇ। ਬਸ ਮਾਲਕ ਸਾਡੇ 'ਤੇ ਕਿਰਪਾ ਕਰੇ, ਸਾਡੇ ਵੀ ਪੈਰ ਨਾ ਕਰੀ ਥਿੜਕਣ, ਇਹ ਮੇਰੇ ਦਾਤੇ ਦੀ ਕਿਰਪਾ ਬਣੀ ਰਵੇ। ਬਸ ਇਹੀ ਅਰਦਾਸ ਕਰਿਓ ਜੇ, ਜਦੋਂ ਰਣਜੀਤ ਦੀ ਅਰਦਾਸ ਕਰੋ, ਪ੍ਰਦੀਪ ਦੀ ਕਰੋ, ਉਹਨਾਂ ਕਿਸਾਨਾਂ ਵੀਰਾਂ ਦੀ ਕਰੋ, ਉਹਨਾਂ ਸ਼ਹੀਦਾਂ ਦੀ ਕਰੋ, ਉਦੋਂ ਸਾਡੇ ਲਈ ਵੀ ਅਰਦਾਸ ਕਰਿਓ, ਮਾਲਕ ਸਾਡੇ ਵੀ ਪੈਰ ਨਾ ਥਿੜਕਣ ਦੇਵੇ, ਬਸ ਸਾਡੀ ਇਸੇ ਤਰ੍ਹਾਂ ਪੱਤ ਰੱਖੀ ਰੱਖੇ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਣਜੀਤ ਜੀ ਦੋ ਅਲਫਾਜ਼ ਜ਼ਰੂਰ, ਕਿਉਂਕਿ ਬੜੀ ਦੇਰ ਤੋਂ ਖੜਾ ਅਸੀਂ ਚਾਹੁੰਦੇ, ਹੁਣ ਸਾਹਮਣੇ ਬਹਿ ਕੇ ਸਾਡੇ ਨਾਲ ਗੱਲ ਵੇਖੂਗਾ ਉਹ ਜਗਦੀਪ ਜੀ। ਦਿਓ ਸਰੋਪਾ ਜੀ, ਮੈਂ ਬਸ ਰਣਜੀਤ ਜੀ ਨੇ ਦੋ ਬਾਤਾਂ ਹੁਣ ਸਾਡੇ ਤੋਂ, ਰਣਜੀਤ ਜੀ ਨੇ ਸੰਗਤ ਦਾ ਧੰਨਵਾਦ ਕਰਨਾ, ਉਸ ਤੋਂ ਬਾਅਦ ਆਪਾਂ ਸਭ ਤੋਂ ਪਹਿਲਾਂ ਜੀ ਸਭ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਮੁੱਚੀ ਕੌਮ ਦਾ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਦਿੱਲੀ ਦੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਜੀ। ਕਦੇ ਇੰਨਾ ਸੋਚਿਆ ਵੀ ਨਹੀਂ ਸੀਗਾ ਕਿ ਮਤਲਬ ਕੌਮ ਸਾਥ ਦਊਗੀ, ਮਤਲਬ ਸਾਥ ਤਾਂ ਹਮੇਸ਼ਾ ਦਿੰਦੀ ਰਹੀ ਆ ਜੀ, ਅਤੇ ਮਤਲਬ ਵਾਹਿਗੁਰੂ ਚੜ੍ਹਦੀ ਕਲਾ 'ਚ ਰੱਖੇ, ਸਭ ਪੰਥ ਦੀ ਚੜ੍ਹਦੀ ਕਲਾ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋਨਿਹਾਲ, ਸ੍ਰੀ ਅਕਾਲ। ਬੇਨਤੀ ਹੈ, ਆਓ ਜੀ ਪ੍ਰਦੀਪ ਜੀ ਵੀ ਤੁਸੀਂ ਬੋਲਣਾ ਕੁਛ, ਆਓ ਸੰਗਤ ਦਾ ਧੰਨਵਾਦ ਤੁਸੀਂ ਵੀ ਕਰ ਦਿਓ, ਕਰ ਦਿਓ, ਕਰ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਾਰੀ ਸਿੱਖ ਕੌਮ ਦਾ, ਆਪਣੇ ਪ੍ਰਧਾਨ ਜੀ ਦਾ, ਹਾਂਜੀ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ, ਦਿੱਲੀ ਸੰਗਤ ਜੀ ਦਾ ਅਤੇ ਸਿੱਖ ਕੌਮ ਦਾ ਜੀ ਦਿਲੋਂ ਧੰਨਵਾਦ ਕਰਦਾ ਹਾਂ ਬਹੁਤ। ਮੈਂ ਜਗਦੀਪ ਕਾਲੋ ਜੀ ਨੂੰ ਕਹੂੰਗਾ, ਜਿਹੜੇ ਸਾਡੇ ਸਾਰਾ ਲੀਗਲ ਦਾ, ਮੇਰਾ ਵੀ ਗੁੱਸਾ ਇਹਨਾਂ 'ਤੇ ਚੱਲਦਾ ਹੈ, ਜੇ ਮਾੜੀ ਜੇ ਕਿਸੇ ਦਾ ਉਹ ਨਾ ਪਹੁੰਚੇ
चला अपना जमानत का वकालतनामा ना पहुंचे तो मैं इन्हें गल में पै जाता सगा जे किसी की जमानत एफ डी नहीं पहुँचती सी मैं इन्हें दुआले हो जाता सी क्योंकि गुस्सा ही ना चढ़िया हुंदा सीगा। अज मैं जगदीप जी सब के तुहाडे तों वी धर्मीत सिंह कालका दोवां तों माफ़ी मंगदा है भाई उस वेले गुस्से चुच्चा नहीं मैं बड़ा कुछ बोल जाता है क्योंकि प्रैशर बड़ा बनया हुंदा है पर मेरा मन तुहानूं कोई माड़ा कहण दा नहीं हुंदा गुस्सा मन च आया हुंदा भी यार कम क्यों नहीं सिरे चढ़दा सो बहुत सारा माड़ा चंगा तुहानूं वी कहा गया होगा उधर वी खिमा याचना करदा एक ना खालसा जी दे साड़ी भैन मिसिज खालसा जी दविंदर सिंह खालसा जी सर महेंद्र सिंह खालसा जी के घरों भी पहुंचे ने मनदीप सिंह जी माता जी ये साड़िया मावं ने जिन्होंने शेर जम्मे ने यह साड़िया मावं ने जिन्हों के सदके कौम चढ़ती कला चा जगह यह साड़ी माता साढ़े मैं उन्होंने भी सन्मान करता होया जथेदार सर महेंद्र सिंह जी खालसा जी के तर घरों साड़ी भैन जी बोले सो निहाल जगदीप जी दियो सर मनदीप सिंह जी की माता जी जम्मू तो पहुंचे ने बीबी उन्होंने भाभी जी मैं कहा सी ना जेडे साडे शेर सी वीर हुंदे ने उन्होंने परिवारों बहुत सजदा करते सलाम करते हूँ मैं बेनती करूँगा जगदीप सिंह जी कहूँ और असी जगदीप जी जाच लैके थले चलेंगे हूँ तुम बोलना शुरू करो तो असी थले रणजीत चल के बिठाइए।